ਤੇ ਅੱਗੇ ਰੂਪ ਹੈ ਫਿੱਕਾ ਕਿਸੇ ਸਿਆਣੇ ਦਾ ਇਹ ਕੱਥ ਹੈ ਸੋਹਣੀ ਸੂਰਤ ਕੁਦਰਤ ਦੇਵੇ ਸੋਹਣੀ ਸੀਰਤ ਬੰਦੇ ਦੇ ਹੱਥ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸਰਬਜੀਤ ਸਿੰਘ ਟੱਕ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਮਨ ਪਸੰਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਵਾਹ ਬਈ ਵਾਹ। ਪਿਆਰ ਦਰਸ਼ਕੋ, ਹਮੇਸ਼ਾ ਦੀ ਤਰ੍ਹਾਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ। ਕਹਾਣੀ ਹੈ ਦੋ ਭਰਾਵਾਂ ਦੀ, ਬੜੇ ਗਰੀਬ ਸੀ। ਇੱਕ ਦਿਨ ਉਹ ਦੋਵੇਂ ਭਰਾ ਇੰਨੇ ਦੁਖੀ ਸੀ ਜ਼ਿੰਦਗੀ ਤੋਂ ਕਿ ਉਹ ਤੁਰ ਪਏ ਸਮੁੰਦਰ ਵੱਲ ਨੂੰ ਚੱਲੇ। ਤਾਂ ਸਮੁੰਦਰ ਵੱਲ ਦੇਖ ਜਦੋਂ ਜਾ ਰਹੇ ਸੀ, ਉਹਨੇ ਦੇਖਿਆ ਵੀ ਇੱਕ ਕਾਰਨਰ ਤੇ ਖੂੰਜੇ ਤੇ ਨਾ ਕਾਫੀ ਸਾਰੇ ਸੰਖ ਪਏ ਸੀ, ਛੋਟੇ 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 ਸਾਰੇ ਸੰਖ ਸੀ। ਤੇ ਉਹ ਸੰਖਾਂ ਨੂੰ ਚੁਗਣ ਲੱਗ ਪਿਆ ਕਿਉਂਕਿ ਉਹਨੂੰ ਪਤਾ ਸੀ ਵੀ ਸੰਖ ਵੇਚ ਕੇ ਚਲੋ ਪੈਸੇ ਮਿਲ ਜਾਣੇ, ਆਪਾਂ ਨੂੰ ਚੰਗੇ ਤੇ ਆਪਾਂ ਕੁਛ ਕਾਰੋਬਾਰ ਸ਼ੁਰੂ ਕਰ ਲਾਂਗੇ। ਤੇ ਜਦੋਂ ਉਹ ਸੰਖ ਚੁਗਣ ਲੱਗੇ, ਛੋਟੇ ਛੋਟੇ ਸੰਖ ਚੁਗਦੇ ਰਹੇ, ਬੋਰੀ 'ਚ ਪਾਉਂਦੇ ਰਹੇ, ਤੇ ਅਚਾਨਕ ਬੜੇ ਭਰਾ ਨੂੰ ਜਿਹੜਾ ਸੀਗਾ ਉਹ ਇੱਕ ਬੜਾ ਸੰਖ ਮਿਲਿਆ। ਤੇ ਉਹ ਕਾਫੀ ਬੜਾ ਸੀ ਜਿਹੜਾ ਦੇਖਣ ਨੂੰ, ਤੇ ਉਹਨੇ ਸੋਚਿਆ ਵੀ ਛੋਟੇ ਛੋਟੇ ਸੰਖ ਵੇਚ ਕੇ ਮੈਂ ਕੀ ਕਰੂੰਗਾ, ਬੜਾ ਸੰਖ ਲੈ ਲੈਂਦਾ ਮੈਂ ਇਹ, ਤੇ ਵੇਚ ਕੇ ਇਹਨੂੰ ਚੰਗੇ ਪੈਸੇ ਮਿਲ ਜਾਣੇ ਤੇ ਮੈਂ ਕੋਈ ਨਾ ਕੋਈ ਕੰਮ ਸ਼ੁਰੂ ਕਰ ਲਊਗਾ। ਉਹਨੇ ਕੀਤਾ, ਜਿਹੜੇ ਛੋਟੇ ਸੰਖ ਚੁੱਕੇ ਸੀ ਨਾ ਉਹ ਚੱਕ ਕੇ ਸਿਰ ਤੇ, ਤੇ ਬੋਰੀ ਵਿੱਚੋਂ ਬੜੇ ਜਿਹੇ ਸੰਖ ਨੂੰ ਵਿੱਚ ਪਾ ਕੇ ਉਹ ਚੱਲ ਪਿਆ। ਤੇ ਜਦੋਂ ਜਾ ਕੇ ਉਹਨਾਂ ਨੇ ਵੇਚਿਆ, ਭਰਾ ਆਪਣੀ ਜਗ੍ਹਾ ਉਹਨੇ ਵੇਚਿਆ, ਦੂਸਰੇ ਛੋਟੇ ਭਰਾ ਨੇ ਆਪਣੀ ਜਗ੍ਹਾ ਵੇਚਿਆ, ਪਰ ਥੋੜੇ ਦਿਨਾਂ ਬਾਅਦ ਜਦੋਂ ਫੇਰ ਮਿਲੇ ਨਾ ਉਹ, ਤੇ ਉਹਨੇ ਦੇਖਿਆ ਕਿ ਜਿਹੜਾ ਛੋਟਾ ਭਰਾ ਉਹ ਤਾਂ ਕਾਫੀ ਮਤਲਬ ਪੈਸੇ ਸੀ ਉਹਦੇ ਕੋਲ, ਚੰਗਾ ਉਹਨੇ ਕਾਰੋਬਾਰ ਸ਼ੁਰੂ ਕਰ ਲਿਆ, ਤੇ ਮੈਂ ਕਹਿੰਦਾ ਹਲੇ ਉਦਾਂ ਦਾ ਹੀ ਆ। ਉਹਨੇ ਪੁੱਛਿਆ ਵੀ ਕੀ ਗੱਲ ਹੋਈ, ਤਾਂ ਛੋਟੇ ਭਰਾ ਨੇ ਗੱਲ ਕਹੀ। ਕਹਿੰਦੇ ਹੁੰਦੇ ਨਾ ਵੀ ਚਾਹੇ ਛੋਟਾ ਹੋਵੇ ਬੜਾ ਹੋਵੇ, ਜਦੋਂ ਬੰਦਾ ਕੋਈ ਗੱਲ ਸਮਝਾਉਂਦਾ ਨਾ ਤੇ ਉਸ ਜ਼ਰੂਰ ਸਮਝ ਲੈਣੀ ਚਾਹੀਦੀ ਕਿ ਉਹਦੀ ਚੰਗੀ ਗੱਲ ਹਮੇਸ਼ਾ ਆਪਣੇ ਪੱਲੇ ਪਾ ਲੈਣੀ ਚਾਹੀਦੀ ਆ। ਤਾਂ ਛੋਟੇ ਭਰਾ ਨੇ ਕੀ ਕਿਹਾ ਉਸ ਵੇਲੇ, ਉਹਨੇ ਕਿਹਾ ਕਹਿੰਦਾ ਭਾਜੀ, ਤੁਸੀਂ ਉਸ ਵੇਲੇ ਸੰਖ ਆਪਾਂ ਇਕੱਠੇ ਚੁਗਣੇ ਸ਼ੁਰੂ ਕੀਤੇ ਸੀਗੇ, ਪਰ ਤੁਸੀਂ ਜਦੋਂ ਬੜਾ ਸੰਖ ਦੇਖਿਆ ਨਾ, ਤੁਸੀਂ ਉਹ ਛੋਟਾ ਸੰਖ ਜਿਹੜੇ ਚੱਕ ਚੁਗੇ ਸੀਗੇ ਉਹ ਚੱਕ ਕੇ ਸਿੱਟ ਤੇ, ਤੇ ਲੇਕਿਨ ਉਹ ਸੰਖ ਮੈਂ ਚੁਗ ਲਏ ਸੀਗੇ, ਚੁੱਕ ਕੇ ਮੈਂ ਉਹ ਬੋਰੀ ਲੈ ਆਇਆ, ਲਿਆ ਕੇ ਜਦੋਂ ਮੈਂ ਵੇਚੇ ਤਾਂ ਮੈਨੂੰ ਤੁਹਾਡੇ ਉਸ ਬੜੇ ਸੰਖ ਤੋਂ ਜ਼ਿਆਦਾ ਪੈਸੇ ਮਿਲੇ ਤਾਂ ਕਿ ਮੈਂ ਆਪਣਾ ਜਿਹੜਾ ਕਾਰੋਬਾਰ ਹੈ ਸ਼ੁਰੂ ਕਰ ਸਕਿਆ। ਸੋ ਇਹ ਕਹਾਣੀ ਦਾ ਮਤਲਬ ਜਿਹੜੇ ਸੰਖਾਂ ਦਾ ਉਹਦੇ ਚ ਕੀ ਸੀਗਾ ਰੋਲ, ਮੈਂ ਜੋ ਇਹਦੇ ਪਿੱਛੇ ਕਹਾਣੀ ਦੇ ਮੋਰਲ ਸੀ ਨਾ ਉਹ ਇਹ ਸੀ ਕਿ ਆਪਾਂ ਨੂੰ ਛੋਟੀ ਛੋਟੀਆਂ ਬੜੀਆਂ ਖੁਸ਼ੀਆਂ ਦੇਖ ਕੇ ਨਾ, ਜਿਹੜੀ ਛੋਟੀ ਛੋਟੀਆਂ ਖੁਸ਼ੀਆਂ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਪਾਂ ਜਿਹੜੀਆਂ ਛੋਟੀਆਂ ਖੁਸ਼ੀਆਂ ਉਹਨਾਂ ਨੂੰ ਵੀ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਬੜੀਆਂ ਖੁਸ਼ੀਆਂ ਵੱਲ ਜਾਈਏ। ਕਈ ਵਾਰੀ ਆਪਾਂ ਇਹ ਗਲਤੀ ਕਰ ਦਿੰਦੇ ਆ ਕਿ ਜਿਹੜੇ ਆਪਣੇ ਪਰਿਵਾਰ 'ਚ ਛੋਟੀ ਛੋਟੀ ਖੁਸ਼ੀਆਂ ਆਉਂਦੀਆਂ ਨਾ, ਆਪਾਂ ਉਹਨੂੰ ਨਹੀਂ ਮਨਾਉਂਦੇ ਜਾਂ ਨਹੀਂ ਉਹਨੂੰ ਆਪਣਾ ਗੌਰ ਕਰਦੇ ਤੇ ਬੜੀਆਂ ਖੁਸ਼ੀਆਂ ਵੱਲ ਦੌੜਦੇ ਆ, ਔਰ ਉਸ ਵੇਲੇ ਫਿਰ ਆਪਣੇ ਹੱਥੋਂ ਜਿਹੜੀਆਂ ਛੋਟੀਆਂ ਖੁਸ਼ੀਆਂ ਉਹ ਵੀ ਨਿਕਲ ਜਾਂਦੀਆਂ ਤੇ ਬੜੀਆਂ ਵੀ ਨਹੀਂ ਮਿਲਦੀਆਂ। ਸੋ ਇਸ ਕਰਕੇ ਜ਼ਿੰਦਗੀ 'ਚ ਧਿਆਨ ਰੱਖੋ ਕਿ ਛੋਟੀ ਛੋਟੀ ਜਿਹੜੀਆਂ ਚੀਜ਼ਾਂ ਹੈ ਆਪਣਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਉਹਨੂੰ ਕਰੋ ਤੇ ਬੜੀਆਂ ਖੁਸ਼ੀਆਂ ਤੁਹਾਡੇ ਆਪ ਹੀ ਕਦਮ ਚੁੰਮੂਗੀਆਂ। ਸੋ ਇਹ ਤਾਂ ਸੀ ਛੋਟੀ ਜਿਹੀ ਕਹਾਣੀ, ਤੇ ਹੁਣ ਵੇਲਾ ਹੈ ਅੱਜ ਇੱਕ ਨਹੀਂ ਦੋ ਦੋ ਸਾਡੇ ਜਿਹੜੇ ਮਹਿਮਾਨ ਆ ਉਹਨਾਂ ਨੂੰ ਮਿਲਾਉਣ ਦਾ। ਇੱਕ ਨੂੰ ਤੁਸੀਂ ਬਹੁਤ ਖੂਬੀ ਜਾਣਦੇ ਹੋ, ਉਹ ਇੱਥੇ ਯੂਕੇ ਦੀ ਧਰਤੀ ਤੇ ਰਹਿੰਦੇ ਨੇ, ਜਿਨ੍ਹਾਂ ਨੇ ਆਪਣੀ ਛੋਟੀ ਛੋਟੀ ਖੁਸ਼ੀਆਂ ਨੂੰ ਇਕੱਠਾ ਕੀਤਾ ਕਰਕੇ ਅੱਜ ਉਹ ਇਸ ਮੁਕਾਮ ਤੇ ਪਹੁੰਚ ਗਏ, ਕਿਉਂਕਿ ਬੜੀ ਬੜੀ ਜਿਹੜੀ ਖੁਸ਼ੀਆਂ ਸੀ ਨਾ ਉਹ ਵੀ ਉਹਨਾਂ ਦੇ ਕਦਮ ਚੁੰਮ ਰਹੀਆਂ ਨੇ। ਇਹਨਾਂ ਨੇ ਪਹਿਲਾਂ ਰੁਬਾਈਆਂ ਲਿਖਣੀਆਂ ਸ਼ੁਰੂ ਕੀਤੀਆਂ, ਫਿਰ ਕੁਝ ਗੀਤਾਂ ਵੱਲ ਨੂੰ ਹੋਏ, ਰੁਬਾਈਆਂ ਦੇ ਬਾਦਸ਼ਾਹ ਕਹਲਾਏ, ਤੇ ਫਿਰ ਉਸ ਤੋਂ ਬਾਅਦ ਗੀਤਾਂ ਵੱਲ ਨੂੰ ਚੱਲ ਪਏ। ਤੇ ਜਦੋਂ ਗੀਤਾਂ ਵੱਲ ਨੂੰ ਚੱਲੇ, ਫਿਰ ਇਹਨਾਂ ਨੇ ਐਸੇ ਐਸੇ ਗੀਤ ਲਿਖੇ ਜੋ ਕਿ ਬੜੇ ਹੀ ਸੁਪਰਹਿਟ ਹੋਏ ਆ। ਪਿਛਲੇ ਜਿਹੜਾ ਪਿਛਲੇ ਮਹੀਨੇ ਤੱਕ ਆਪਾਂ ਗੀਤ ਕਹਿ ਲਈ ਆਇਆ ਸੀਗਾ ਬਲਿੰਕ, ਜਿਹਨੂੰ ਪਹਿਲੇ ਦਿਨ ਹੀ 3 ਲੱਖ ਤੋਂ ਉੱਪਰ ਵਿਊ ਮਿਲੇ ਸੀਗੇ ਯੂਟਿਊਬ ਤੇ। ਸੋ ਐਸੇ 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 ਗੀਤ ਇਹਨਾਂ ਨੇ ਲਿਖੇ ਆ ਕਿ ਲੋਕੀ ਦੇਖਦੇ ਆ ਔਰ ਸੁਣਦੇ ਔਰ ਇੰਜੋਏ ਕਰਦੇ ਆ ਉਸ ਚੀਜ਼ ਨੂੰ। ਹਾਂ, ਲੇਕਿਨ ਇਹ ਵੀ ਹੈ ਕਿ ਇਹਨਾਂ ਦੀ ਕਲਮ ਤੋਂ ਹਮੇਸ਼ਾ ਹੀ ਵਧੀਆ ਵਧੀਆ ਗੀਤ ਲਿਖੇ ਜਾਂਦੇ ਨੇ ਜੋ ਕਿ ਸਮਾਜ ਨੂੰ ਸੇਧ ਵੀ ਦਿੰਦੇ ਨੇ ਤੇ ਉਹਦੇ ਵਿੱਚ ਕੋਈ ਸੁਨੇਹਾ ਵੀ ਹੁੰਦਾ ਹੈ। ਮੇਰੀ ਮੁਰਾਦ ਹੈ ਉਸ ਸ਼ਖਸੀਅਤ ਨਾਲ ਜੋ ਤੁਹਾਡੀ ਧਰਤੀ ਯੂਕੇ ਦੀ ਧਰਤੀ ਤੇ ਰਹਿੰਦੇ ਨੇ ਕਾਫੀ ਸਮੇਂ ਤੋਂ, ਜਿਹਨਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ। ਮੇਰੀ ਮੁਰਾਦ ਹੈ ਰਣਜੀਤ ਰਾਣਾ ਸਮੈਥਿਕ ਜੀ ਵਾਲੇ। ਰਣਜੀਤ ਰਾਣਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਾਹ ਬਈ ਵਾਹ ਚ। ਜੀ ਅੱਜ ਬਹੁਤ ਮਿਹਰਬਾਨੀ। ਹੋਰ ਕੁਝ ਕਹਿਣ ਤੋਂ ਪਹਿਲਾਂ ਮੈਂ ਇਹਨਾਂ ਪਾਕ ਕਲਮਾਂ ਦੀਆਂ ਦਾਤਾਂ ਦੇਣ ਵਾਲੇ ਮਹਾਕਵੀ, ਕਵੀਆਂ ਦੇ ਪਿਤਾਮਾ, ਪੁੱਤਰਾਂ ਦੇ ਦਾਨੀ, ਕਵੀ ਦਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਆਪ ਜੀ ਨੂੰ, ਆਪ ਜੀ ਦੇ ਅਦਾਰੇ ਨੂੰ, PBC ਚੈਨਲ ਨੂੰ ਦੇ ਤਮਾਮ ਹਿੱਤੂਆਂ ਅਤੇ ਇਹਦੇ ਚੈਨਲ ਦੇ ਦਾਨੇ ਬਿਨੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਭਾਜੀ, ਤੁਹਾਡਾ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਇੱਥੇ, ਤੇ ਨਾਲ ਤੁਹਾਡੇ ਛੋਟੇ ਭਰਾ ਵੀ ਸਾਡੇ ਕੋਲ ਅੱਜ ਇੱਥੇ ਵਿਰਾਜਮਾਨ ਨੇ, ਕਿਉਂਕਿ ਪ੍ਰਦਰਸ਼ਕੋ ਮੈਂ ਦੱਸ ਦਵਾਂ ਇੱਥੇ ਅੱਜ ਜਿਹੜਾ ਇਹਨਾਂ ਦਾ ਗੀਤ ਹੈ, ਨਵਾਂ ਗੀਤ ਜੋ ਹੈ ਉਹ ਰਿਲੀਜ਼ ਹੋਣਾ ਆ, ਲੇਕਿਨ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਕਹਿਣ ਲਈ, ਤੇ ਉਸ ਤੋਂ ਬਾਅਦ ਆਪਾਂ ਗੀਤਾਂ ਵੱਲ ਵੀ ਚੱਲਾਂਗੇ ਔਰ ਮਿਲਾਵਾਂਗੇ ਉਹਦੇ ਨਾਲ ਵੀ ਜਿਨ੍ਹਾਂ ਨੇ ਇਸ ਗੀਤ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ। ਸੋ ਇੰਤਜ਼ਾਰ ਕਰਿਓ ਰਾਣਾ ਭਾਜੀ।
ਤੁਹਾਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਔਰ ਬੜੇ ਮਾਣ ਦੀ ਗੱਲ ਹੈ ਕਿ ਤੁਹਾਡਾ ਇੱਕ ਹੋਰ ਨਵਾਂ ਗੀਤ ਜੋ ਬਹੁਤ ਹੀ ਜਲਦੀ ਰਿਲੀਜ਼ ਹੋਣ ਵਾਲਾ ਹੈ, ਜਿਸ ਜਿਸ ਗੀਤ ਨੂੰ ਆਪਾਂ ਜਿੱਥੇ ਰਿਲੀਜ਼ ਕਰਨਾ ਹੈ, ਜੇ ਉਸ ਗੀਤ ਦੀ ਗੱਲ ਕਰੀਏ ਨਦਾਨ ਦੀ, ਉਹ 3 ਤਰੀਕ ਨੂੰ ਓਫੀਸ਼ਲੀ ਵਰਲਡ ਵਾਈਡ ਰਿਲੀਜ਼ ਹੋ ਜਾਣਾ ਆ, ਲੇਕਿਨ ਅੱਜ ਉਹਦੀ ਜਿਹੜੀ ਆਪਾਂ ਕਹਿ ਲਈਏ ਘੁੰਡ ਚੁਕਾਈ ਹੈ ਉਸ ਗੀਤ ਦੀ, ਉਹ ਇੱਥੇ ਹੋ ਰਹੀ ਹੈ, ਉਹਨੂੰ ਅਸੀਂ ਆਪਣੇ ਸਟੂਡੀਓ ਤੋਂ ਰਿਲੀਜ਼ ਕਰ ਰਹੇ ਹਾਂ ਸਾਡੇ ਤੁਹਾਡੇ ਦਰਸ਼ਕਾਂ ਵਾਸਤੇ, ਪੂਰੀ ਦੁਨੀਆ ਵਾਸਤੇ, ਤੇ 3 ਨੂੰ ਤੁਸੀਂ ਓਫੀਸ਼ਲੀ ਇਹਨੂੰ ਯੂਟਿਊਬ ਤੇ ਵੀ ਤੇ ਹੋਰ ਰੇਡੀਓ ਸਟੇਸ਼ਨ ਤੇ ਵੀ ਤੇ ਦੂਰਦਰਸ਼ਨ ਤੇ ਵੀ ਮੇਰੇ ਖਿਆਲ ਤੁਸੀਂ ਇਹਨੂੰ ਇਸ ਗੀਤ ਨੂੰ ਸੁਣ ਸਕਦੇ ਹੋ। ਤੁਹਾਨੂੰ ਉਸ ਗੀਤ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ। ਤੇ ਉਸ ਗੀਤ ਬਾਰੇ ਗੱਲ ਗੱਲ ਕਰਨ ਤੋਂ ਪਹਿਲਾਂ ਆਪਾਂ ਉਸ ਗੀਤ ਨੂੰ ਆਵਾਜ਼ ਦੇ ਨਾਲ ਹੀ ਉਹਨੂੰ ਵੀ ਰੂਬਰੂ ਕਰਾ ਲਈਏ। ਦਰਸ਼ਕੋ, ਜਿਸ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਨਾ, ਉਹਦੀ ਵੀ ਕੀ ਗੱਲ ਹੈ। 15 ਸਾਲ ਦੀ ਉਮਰ ਚ ਜਿਸ ਇਸ ਕੁੜੀ ਨੇ ਗਾਣਾ ਸ਼ੁਰੂ ਕੀਤਾ ਔਰ ਬੜੇ ਬੜੇ ਇਹਨੇ ਗੀਤ ਬੜੇ ਬੜੇ ਜਿਹੜੇ ਆਪਣੇ ਗਾਇਕਾਰ ਉਹਨਾਂ ਦੇ ਨਾਲ ਗਾਏ, ਇਹਨਾਂ ਨੂੰ ਇੱਕ ਬਾਬਾ ਫਰੀਦ ਦੀ ਜਗ੍ਹਾ ਹੈ ਫਰੀਦਕੋਟ ਵਿੱਚ, ਉੱਥੇ ਇਹਨਾਂ ਨੂੰ ਇੱਕ ਵਾਰੀ ਗਾਉਣ ਦਾ ਮੌਕਾ ਮਿਲਿਆ, ਤੇ ਜਦੋਂ ਮੌਕਾ ਮਿਲਿਆ ਤਾਂ ਆਲਮ ਲੋਹਾਰ ਸਾਹਿਬ ਉਹਨਾਂ ਨੇ ਉੱਥੇ ਇਹਨਾਂ ਨੂੰ ਇੱਕ ਆਲਮ ਲੋਹਾਰ ਅਵਾਰਡ ਦਿੱਤਾ, ਜੋ ਬਹੁਤ ਬੜੀ ਗੱਲ ਹੈ, ਉਹ ਜੋ ਪਾਕਿਸਤਾਨੀ ਜਿਹੜੇ ਦਿੰਦੇ ਨੇ ਉਹਨਾਂ ਨੇ ਦਿੱਤਾ ਇਹ ਅਵਾਰਡ ਇਹਨਾਂ ਨੂੰ। ਔਰ ਇਸ ਗਾਇਕਾ ਦੀ ਇੱਕ ਖੂਬੀ ਹੋਰ ਵੀ ਹੈ, ਅੱਜ ਤੱਕ ਆਪਾਂ ਕਿਹਾ ਵੀ ਆਪਣੇ ਜਿਹੜੇ ਸਾਡੇ ਸਵਰਗੀ ਆਪਣੇ ਸੁਰਜੀਤ ਬਿੰਦਰਖੀਆ ਜੀ ਸੀ, ਉਹਨਾਂ ਦੀ ਹੇਕ ਸਭ ਤੋਂ ਲੰਬੀ ਸੀ, ਪਰ ਇਸ ਕੁੜੀ ਨੇ ਜਦੋਂ ਹੇਕ ਲਾਈ ਉਹਨਾਂ ਤੋਂ 10 ਸਕਿੰਟ ਜ਼ਿਆਦਾ ਹੇਕ ਲਾਈ ਲੰਬੀ, ਤੇ ਸੁਰਜੀਤ ਬਿੰਦਰਖੀਆ ਹੁਣੀ ਗੱਡੀ ਚੋਂ ਉਤਰ ਕੇ ਵਾਪਸ ਆ ਗਏ, ਆਪਣਾ ਗੀਤ ਗਾ ਕੇ ਜਾ ਰਹੇ ਸੀਗੇ, ਆ ਕੇ ਇਸ ਕੁੜੀ ਨੂੰ ਆਸ਼ੀਰਵਾਦ ਦਿੱਤਾ। ਉਹਨੇ ਕਿਹਾ ਵੀ ਕੁੜੀਏ, ਮੈਨੂੰ ਕਹਿੰਦੇ ਸੀ ਮੈਂ ਸਭ ਤੋਂ ਬੜੀ ਹੇਕ ਲਾਣਾ, ਲੇਕਿਨ ਅੱਜ ਤੂੰ ਸਾਬਤ ਕਰਤਾ ਕਿ ਨਹੀਂ ਮੈਂ ਨਹੀਂ, ਤੂੰ ਸਭ ਤੋਂ ਵੱਡੀ ਹੇਕ ਲਾਣੀ ਹੈ। ਇਸ ਕੁੜੀ ਨੇ ਕਈ ਗੀਤ ਗਾਏ, ਮਿੱਟੀ ਦੇ ਬਾਵਿਆ, ਔਰ ਜੇ ਆਪਾਂ ਗੱਲ ਕਰੀਏ ਪਾਲੀ ਦੇਤ ਵਾਲੇ ਨਾਲ, ਤੇਜਵੰਤ ਕਿੱਟੂ ਉਹਨਾਂ ਨੇ ਇਹਨਾਂ ਦੇ ਕਈ ਗੀਤ ਕੀਤੇ ਨੇ, ਜਿਹੜੇ ਕਿ ਬਹੁਤ ਬੜੇ ਮਿਊਜ਼ਿਕ ਡਾਇਰੈਕਟਰ ਨੇ। ਔਰ ਇਸ ਗੀਤ ਨੂੰ ਜਿਹੜਾ ਅੱਜ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ, ਉਸ ਗੀਤ ਨੂੰ ਵੀ ਇਹਨਾਂ ਨੇ ਆਵਾਜ਼ ਦਿੱਤੀ ਹੈ। ਆਓ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਇਸ ਗਾਇਕਾ ਨਾਲ, ਜਿਹਦਾ ਨਾਮ ਹੈ ਰੋਜ਼ੀ ਬਾਵਾ, ਜੋ ਸਾਡੇ ਨਾਲ ਇੰਡੀਆ ਤੋਂ ਜੁੜੇ ਨੇ ਇਸ ਵੇਲੇ। ਰੋਜ਼ੀ ਬਾਵਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਵਾਹ ਬਈ ਵਾਹ ਵਿੱਚ, ਤੁਸੀਂ ਵੀ ਸਾਡੇ ਦਰਸ਼ਕਾਂ ਨਾਲ ਆਪਣੀ ਫਤਿਹ ਦੀ ਸਾਂਝ ਪਾ ਲਓ। ਸਾਡੇ ਸਤਿਕਾਰਯੋਗ ਅੰਕਲ ਜੀ ਜਿਨ੍ਹਾਂ ਦਾ ਗੀਤ ਨਦਾਨ ਨਿਮਾਣੀ ਦੇ ਕਲਾਕਾਰ ਨੂੰ ਗਾਉਣ ਦਾ ਮੌਕਾ ਮਿਲਿਆ, ਤੇ ਜਿਨ੍ਹਾਂ ਦੀ ਬਦੌਲਤ ਮੈਂ ਇਸ ਚੈਨਲ ਦੇ ਉੱਪਰ ਆਈ ਹਾਂ ਜੀ, ਤੇ ਬਹੁਤ ਧੰਨਵਾਦ ਸਾਡੇ ਅੰਕਲ ਜੀ ਸਰਦਾਰ ਜੀ ਰਣਜੀਤ ਸਿੰਘ ਰਾਣਾ ਜੀ। ਤੇ ਤੁਹਾਨੂੰ ਜੀ ਇਹਨੂੰ ਕਹਿੰਦੇ ਹਾਂ ਅਸੀਂ ਰੋਜ਼ੀ ਜੀ ਇੱਥੇ ਇੱਕ ਵਾਰੀ ਫੇਰ ਆਪਣੇ ਪ੍ਰੋਗਰਾਮ ਵਿੱਚ। ਸਾਡੇ ਦਰਸ਼ਕਾਂ ਨੂੰ ਪਹਿਲਾਂ ਤੁਸੀਂ ਦੱਸ ਦਿਓ ਵੀ ਤੁਸੀਂ ਇਸ ਵੇਲੇ ਪੰਜਾਬ 'ਚ ਸਾਡੇ ਨਾਲ ਜੁੜੇ ਹੋ, ਕਿਹੜੀ ਜਗ੍ਹਾ ਤੋਂ ਜੁੜੇ ਹੋ ਸਾਡੇ ਨਾਲ, ਕਿੱਥੇ ਰਹਿੰਦੇ ਹੋ? ਸਰ ਮੈਂ ਇਸ ਟਾਈਮ ਬਠਿੰਡਾ ਜ਼ਿਲ੍ਹਾ ਦੇ ਵਿੱਚ ਹਾਂ, ਤੇ ਮੈਂ ਬਠਿੰਡੇ ਦੀ ਗੱਲ ਕਰ ਰਹੀ ਹਾਂ ਦੇ ਵਿੱਚੋਂ ਸ਼ਹਿਰ ਬਠਿੰਡਾ ਜੀ। ਤੁਸੀਂ ਬਹੁਤ ਛੋਟੀ ਉਮਰ ਚ ਗਾਣਾ ਸ਼ੁਰੂ ਕਰਤਾ ਸੀ, ਜੇ ਆਪਾਂ ਜ਼ਿਕਰ ਕਰੀਏ 15 ਸਾਲ ਦੀ ਉਮਰ, ਤਕਰੀਬਨ 14-15 ਸਾਲ ਦੀ ਉਮਰ ਚ ਗੀਤ ਨੂੰ ਸ਼ੁਰੂ ਕਰਤਾ ਸੀ ਗਾਣਾ ਤੁਸੀਂ, ਕਿਸ ਤਰ੍ਹਾਂ ਸਬਬ ਬਣਿਆ ਸੀ, ਗੀਤਾਂ ਵੱਲ ਤੁਹਾਡਾ ਰੁਝਾਨ ਕਿੱਦਾਂ ਪਿਆ ਸੀ? ਬਸ ਇਦਾਂ ਹੀ ਜੀ, ਜਦੋਂ ਮੈਂ ਗਰਲ ਸਕੂਲ ਦੇ ਵਿੱਚ ਪੜ੍ਹਦੀ ਸੀਗੀ, ਇੱਕ ਕਲਾਸ ਵਿੱਚ ਪੜ੍ਹਦੀ ਸੀ, ਜਦੋਂ ਮੈਂ ਉੱਥੇ ਗੀਤ ਵੀ ਗਾਉਂਦੇ ਬੱਚੇ ਆਡੀਸ਼ਨਾਂ ਦੇ ਵਿੱਚ ਆਉਂਦੇ ਤਾਂ ਮੇਰਾ ਬੜਾ ਉਤਸ਼ਾਹ ਹੋਇਆ ਕਿ ਮੈਂ ਵੀ ਕੁਛ ਕਰ ਸਕਦੀ ਹਾਂ, ਮੈਂ ਗਾਵਾਂ। ਤੇ ਮੇਰੇ ਫਾਦਰ ਸਾਹਿਬ ਮੈਨੂੰ ਬਿਲਕੁਲ ਆਜ਼ਾਦਤ ਨਹੀਂ ਦਿੰਦੇ ਸੀਗੇ ਇਸ ਲਾਈਨ ਵਿੱਚ ਆਉਣ ਦੀ, ਤਾਂ ਉਹਨਾਂ ਦੇ ਕੁਛ ਫਰੈਂਡ ਸੀਗੇ, ਕਹਿੰਦੇ ਵੀ ਨਹੀਂ ਆਪਾਂ ਬੇਟੀ ਅੱਛਾ ਗਾਉਂਦੀ ਹੈ ਤਾਂ ਤੁਸੀਂ ਇਹਨਾਂ ਤੋਂ ਗਵਾਓ। ਫਿਰ ਜਿਸ ਟਾਈਮ ਮੇਰਾ ਸੁਰਜੀਤ ਬਿੰਦਰਖੀਆ ਜੀ ਗਰਲ ਸਕੂਲ ਦੇ ਵਿੱਚ ਮੇਰੇ ਵਿੱਚ ਹੀ ਫੰਕਸ਼ਨ ਸੀ, ਉੱਥੇ ਮੈਨੂੰ ਵੀ ਸਿੰਗਿੰਗ ਤੌਰ ਤੇ ਇਨਵਾਈਟ ਕੀਤਾ ਗਿਆ ਬਰਾਬਰ ਸਟੇਜ ਤੇ, ਤਾਂ ਉਹ ਜਾ ਰਹੇ ਸੀ ਜੀ, ਤਾਂ ਇੱਕ ਸ਼ਾਮ ਦਾ ਵੀ ਜਾਗਰਣ ਸ੍ਰੀ ਲੱਖਾ ਜੀ ਨੇ ਆਉਣਾ ਸੀ ਜਿਹੜੇ ਬੰਬੇ ਤੋਂ ਨੇ, ਤੇ ਉੱਥੇ ਜਦੋਂ ਉਹਨਾਂ ਨੇ ਮੈਨੂੰ ਸੁਣਿਆ ਜੀ, ਮੈਂ ਮੇਰੇ ਫਾਦਰ ਸਾਹਿਬ ਦਾ ਗੀਤ ਲਿਖਿਆ ਸੀ ਜੀ, ਸਿੱਖ ਮਾਰ ਸੁਰਜਣਾ ਵੇ ਭੁੱਲ ਗਈ ਮੋੜ ਗੁਲਾਬੋ ਕਰਦਾ, ਜਿਹਦੇ ਵਿੱਚ ਕਿ ਮੇਰੀ 48 ਸਕਿੰਟ ਦੀ ਹਿੱਟ ਮਤਲਬ ਕਿ ਮੈਂ ਲਾਉਣੀ ਆ ਉਸਦੇ ਵਿੱਚ, ਤੇ ਆਪਣੇ ਜੀ ਦੀ ਸਿਰਫ 47 ਸਕਿੰਟ ਦੀ ਹੋ ਗਿਆ ਜੀ, ਉਹਨਾਂ ਤੋਂ ਮੈਂ ਹਾਂਜੀ ਉਸ ਟਾਈਮ ਤੋਂ ਗੱਡੀ ਚ ਉਤਰੇ ਜੀ, ਨਾਲੇ ਉਹਨਾਂ ਨੇ ਮੈਨੂੰ ਹੌਸਲਾ ਹੌਸਲਾਈ ਦਿੱਤੀ, ਫਿਰ ਮੈਨੂੰ ਕਹਿੰਦੇ ਵੀ ਮੇਰਾ ਗੀਤ ਆਇਆ ਸਾਡੀ ਗਲੀ ਚੋਂ, ਨਾ ਲੰਘ ਮੁੰਡੇ ਆਏ ਗਲੀ ਸਰਕਾਰੀ ਹੈ, ਤੁਸੀਂ ਕਹਿੰਦੇ ਜੇ ਤੁਸੀਂ ਮੇਰੇ ਨਾਲ ਉੱਤੇ ਗਾ ਦੋ, ਤਾਂ ਮੈਂ ਕਿਹਾ ਜੀ ਕੋਈ ਗੱਲ ਨੀ ਤੁਹਾਡਾ ਹੁਕਮ ਹੈ, ਕਿਉਂਕਿ ਉਸ ਟਾਈਮ ਮੈਂ ਬੜੀ ਛੋਟੀ ਸੀ,
ਤਾਂ ਮੈਨੂੰ ਬੜਾ ਉਤਸ਼ਾਹ ਹੋਇਆ ਕਿ ਮੈਂ ਗਾਇਕੀ ਦੇ ਵੱਲ ਜਾ ਰਹੀ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਜੀ ਜ਼ਰੂਰ ਜੀ ਤੁਹਾਡਾ ਹੁਕਮ ਹੈ ਤੇ ਫਿਰ ਮੈਂ ਉਸ ਟਾਈਮ ਉਹਨਾਂ ਨਾਲ ਗੀਤ ਗਾਇਆ ਜੀ ਸਾਡੀ ਗਲੀ ਵਿੱਚ ਚਲਾਂ ਮੁੰਡਿਆ ਗਲੀ ਸਰਦਾਰ ਜੀ। ਚਲੋ ਰੋਜੀ ਜੀ ਚਲੋ ਆਪਾਂ ਗੀਤਾਂ ਵੱਲ ਵੀ ਚੱਲਾਂਗੇ ਹੁਣ। ਤੁਸੀਂ ਪਹਿਲਾ ਜਿਹੜਾ ਗੀਤ ਗਾਇਆ ਸੀਗਾ ਉੱਥੇ ਜਿੱਥੇ ਤੁਹਾਨੂੰ ਪਾਕਿਸਤਾਨੀ ਨੇ ਅਵਾਰਡ ਦਿੱਤਾ ਸੀਗਾ ਆਲਮ ਲੋਹਾਰ ਜੀ ਹੋਣਾ ਦਾ ਫਰੀਦਕੋਟ ਵਿੱਚ ਮਿੱਟੀ ਦੇ ਬਾਬਿਆ ਬੋਲ ਮਿੱਟੀ ਦੇ ਬਾਬਿਆ ਦਾ ਗੀਤ ਸੀਗਾ। ਮੈਂ ਚਾਹਾਂਗਾ ਕਿ ਉਸ ਗੀਤ ਤੋਂ ਹੀ ਅੱਜ ਪਹਿਲਾਂ ਆਪਾਂ ਅੱਜ ਦੀ ਪ੍ਰੋਗਰਾਮ ਸ਼ੁਰੂਆਤ ਕਰੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਰਣਜੀਤ ਰਾਣਾ ਭਾਜੀ ਹੋਣਾ ਨੇ ਗੀਤ ਕੀਤਾ ਆਪਾਂ ਉਹ ਰਿਲੀਜ਼ ਵੀ ਕਰਨ ਤੇ ਉਹ ਵੀ ਤੁਹਾਡੇ ਕੋਲ ਸੁਣਾਂਗੇ ਤੁਹਾਡੀ ਆਵਾਜ਼ ਵਿੱਚ ਲਾਈਵ ਸੁਣਾਂਗੇ ਕਿਉਂਕਿ 3 ਤਰੀਕ ਤੋਂ ਬਾਅਦ ਇਸ ਗੀਤ ਨੂੰ ਵਰਲਡ ਵਾਈਡ ਆਪਾਂ ਰਿਲੀਜ਼ ਵੀ ਕਰ ਰਹੇ ਹਾਂ ਫਿਰ ਲੋਕੀ ਤੁਹਾਨੂੰ ਸਾਰੇ ਯੂਟਿਊਬ ਤੇ ਜਾਂ ਆਪਣੇ ਜਿਹੜੇ ਦਰਸ਼ਕ ਹੈ ਉਹ ਰੇਡੀਓ ਤੇ ਸੁਣ ਸਕਦੇ ਨੇ ਬੜੀ। ਪਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਬੋਲ ਮਿੱਟੀ ਦੇ ਬਾਬਿਆਂ ਤੋਂ ਕਰਦੇ ਹਾਂ। ओ बोल मिट्टी दिया हम बावे है तेरे दुखों ने मारे मुका लिया मेरा वो सोना माही आ जा हो बाबा बनाया मिट्टी दा मैं बाबा बनाया उत्ते चार दिनिया उत्ते सी हूं बतना वाले हूं आनी करें दे की मैं मानी करा पर देसी हो मेरा हूं सोना माही आजा हो 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 मिट्टी दा मैं बाबा बनाया मिट्टी दा मैं हो मिट्टी दा मैं बाबा बनाया उत्ते चार दिनिया खेती वतना वाले मानी करें दे की मैं मानी का पर देसी हो मेरा सोना माही आजा हो ਬਾਤ ਆ ਵਾਕਈ ਬਹੁਤ ਵਧੀਆ ਗੀਤ ਸੀ ਜੀ ਤੁਸੀਂ ਬਹੁਤ ਵਧੀਆ ਗਾਇਆ ਔਰ ਇਹ ਬਿਲਕੁਲ ਹੀ ਜਿੱਦਾਂ ਆਲਮ ਲੋਹਾਰ ਜੀ ਗਾਉਂਦੇ ਸੀ ਇਸ ਗੀਤ ਨੂੰ ਤੁਸੀਂ ਉਸੇ ਅੰਦਾਜ਼ ਵਿੱਚ ਗਾਇਆ ਹੈਗਾ ਔਰ ਜਿਸ ਤਰ੍ਹਾਂ ਮੈਨੂੰ ਤੁਸੀਂ ਦੱਸਿਆ ਕਿ ਤੁਹਾਨੂੰ ਇਸ ਕਰਕੇ ਹੀ ਉੱਥੇ ਅਵਾਰਡ ਦਿੱਤਾ ਗਿਆ ਕਿ ਤੁਸੀਂ ਉਸ ਗੀਤ ਨੂੰ ਬਾਖੂਬੀ ਨਿਭਾਇਆ ਸੀ। ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਲੇਕਿਨ ਅਸੀਂ ਨਾਲ ਰਣਜੀਤ ਭਾਜੀ ਨਾਲ ਵੀ ਗੱਲ ਕਰ ਰਹੇ ਹਾਂ। ਰਣਜੀਤ ਜੀ ਬਹੁਤ ਵਧੀਆ ਆਵਾਜ਼ ਤੁਸੀਂ ਚੁਣੀ ਹੈ ਆਪਣੇ ਗੀਤਾਂ ਵਾਸਤੇ ਤੁਸੀਂ ਦੇਖ ਲਿਆ ਕਿੰਨਾ ਵਧੀਆ ਇਹਨਾਂ ਨੇ ਗੀਤ ਗਾਇਆ। ਤੁਸੀਂ ਇੱਕ ਗੱਲ ਪਹਿਲਾਂ ਸਾਨੂੰ ਮੈਂ ਤੁਹਾਨੂੰ ਪੁੱਛਣੀ ਸੀ ਮੈਂ ਜ਼ਹਿਨ ਚ ਆ ਰਹੀ ਸੀ ਗੱਲ ਕਿ ਰੁਬਾਈਆਂ ਦੇ ਬਾਦਸ਼ਾਹ ਕਹਿਲਾਂਦੇ ਕਹਿਲਾਂਦੇ ਹੁਣ ਤੁਸੀਂ ਗੀਤਾਂ ਦੇ ਬਾਦਸ਼ਾਹ ਵੱਲ ਵੀ ਜਾ ਰਹੇ ਹੋ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋ ਗਿਆ ਇਹਨਾਂ? ਇਹ ਜਿਹੜੀ ਕਵਿਤਾ ਹੈ ਨਾ ਜੀ ਇਹਦੇ ਬਹੁਤ ਭਿੰਨ ਭਿੰਨ ਰੂਪ ਆ ਜੀ 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 ਪਰ ਹੁੰਦੇ ਉਹ ਕਵਿਤਾ ਹੀ ਜੀ ਹਨਾ ਤੇ ਉਹਦਾ ਹੁਣ ਤਾਂ ਚਲੋ ਮੈਂ ਥੋੜਾ ਜਿਹਾ ਕੁਐਸਚਨ ਹੋ ਗਿਆ ਜੀ ਗੁਰੂ ਘਰ ਦੇ ਵਿੱਚ ਮੇਰੇ ਇਹ ਪੰਥ ਦੇ ਮਹਾਨ ਰਾਗੀ ਜਥੇ ਨੇ ਬਹੁਤ ਹੀ ਗੀਤ ਗਾਏ ਗੁਰਪ੍ਰਬੰਧ ਜੀ 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 ਤੇ ਜਦੋਂ ਇੱਕ ਪੇਪਰ ਵਾਲੇ
अंकल होनी घर आए मेरे तो कवितावां लैण आए जी। जदों उन्होंने मेरिया कवितावां देखियां मैनूं कहणे लगे काका तू मैनूं कवि नालों गीतकार ज्यादा लगदा ज्यादा लगदा। उन्होंने उदों पछाण लिया मेरे इंटलैक्ट विच जी जी। ते उन्हां दी जिहड़ी ओह गल ओह अज ओह जी। और बहुत वधिया वधिया गीत तुसी लिखे आ गुरमीत मीत ने भी गाए थोड़े महान खालसा सरहंद दी दीवार जिहड़ी सीगी बहुत वधिया गीत तुसी लैके जिहड़ी साडे दर्शकां दी कचहरी विच आए हमेशा लई और तुहानूं वधिया ओह पसंद भी करदे थोड़े गीतां नूं बड़ा प्यार कीता जांदा। ब्लिंक करदा गीत जिहड़ा पिछले वारी आया मैं दस्सिया भी उहनूं 3,30,000 तों उप्पर व्यू मिल चुके ने हुण तक बहुत वड्डी गल है कि इस गीत नूं इन्ना प्यार मिल रिहा सीगा जी। और हुण जिहड़ा तुहाडा गीत आया नदान इहदे बारे दसो कि नदान असल च है की इस गीत च। नदान हुंदा जिहदे बंदे नाल थोड़ी जिही ज्यादती हो जावे ओह वी नदान जी। इह जां इक बंदा शरीफ बंदा हुंदा जी ओह वी नदान हुंदा है जी जी जी। इह आपां निर्भर करदा भई कहिड़ी है जदों देखदे आ जी। ते इह जदों मैं गीता मुखड़ा लिखिया ना जी ते ओहदे विच मैनूं जदों मैं काफिया लभिया तां मैनूं इह काफिया बहुत रेयर बहुत ही मिल खांदा लगे मेनू करके गीत का नाम नदान रखा गया। क्या बात है। ਤੁਹਾਡੇ ਨਾਲ ਤੁਹਾਡੇ ਛੋਟੇ ਭਰਾ ਵੀ ਪਹੁੰਚੇ ਨੇ ਇੱਥੇ ਤੁਹਾਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਭਾਜੀ ਇੱਥੇ ਸਤਿ ਸ਼੍ਰੀ ਅਕਾਲ ਜੀ। ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਭਰਾ ਕਹਿੰਦੇ ਹੁੰਦੇ ਨਾ ਭਰਾ ਭਰਾ ਦੇ ਨਾਲ ਮੋਢਾ ਲਾਏ ਖੜੇ ਫਿਰ ਉਹਦਾ ਜਿਹੜਾ ਸਵਾਦ ਆ ਵੱਖਰਾ ਹੀ ਹੁੰਦਾ ਹੈ ਕਿਉਂਕਿ ਭਰਾਵਾਂ ਤੋਂ ਬਿਨਾਂ ਕੋਈ ਸਰਦਾਰੀ ਨਹੀਂ ਹੁੰਦੀ ਭਰਾਵਾਂ ਦੇ ਨਾਲ ਹੀ ਸਰਦਾਰੀ। ਔਰ ਮੈਂ ਤਾਂ ਹਮੇਸ਼ਾ ਇਹੀ ਕਹਿੰਦਾ ਆਪਣਿਆਂ ਦੇ ਨਾਲ ਪਿਆਰ ਨਾਲ ਰਹੋ ਤਾਂ ਕਿ ਛੋਟੀ ਛੋਟੀ ਖੁਸ਼ੀਆਂ ਜਿਹੜੀਆਂ ਸਾਂਝੀਆਂ ਵੰਡੀਆਂ ਆਪਾਂ ਤਾਂ ਫਿਰ ਉਸ ਖੁਸ਼ੀ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਹੈ। ਤੁਸੀਂ ਲਿਖਦੇ ਨਹੀਂ ਮੈਨੂੰ ਪਤਾ ਹੈ ਲੇਕਿਨ ਤੁਸੀਂ ਭਾਜੀ ਦੇ ਨਾਲ ਹਮੇਸ਼ਾ ਰਹਿੰਦੇ ਹੋ ਇਹਨਾਂ ਦੇ ਨਾਲ ਇਹ ਕਿਸ ਤਰ੍ਹਾਂ ਸਵਾਬ ਬਣਦੇ ਨੇ ਤੁਸੀਂ ਕਹਿੰਦੇ ਰਹਿੰਦੇ ਵੀ ਲਿਖਿਆ ਕਰ ਤੂੰ ਤੁਹਾਡਾ ਹੁਕਮ ਤੁਸੀਂ ਕੋਈ ਗੱਲ ਆਖੀ ਹੋਵੇ ਤਾਂ ਮੈਂ ਮੋੜ ਦੂ ਜੀ ਮੈਂ ਕਿਹਾ ਸਵਾਲ ਹੀ ਨੀ ਪਹਿਲਾਂ ਜੀ ਤਾਂ ਸੋ ਭਾਜੀ ਹੋਣਾ ਹਮੇਸ਼ਾ ਪਿਆਰ ਬਣਿਆ ਰਿਹਾ ਜੀ ਵਾਹਿਗੁਰੂ ਇਹ ਦੱਸ ਕੇ ਗਾਂਹ ਵੀ ਏਦਾਂ ਬਣਿਆ ਰਿਹਾ ਵਿੱਚ ਤਾਂ ਭਾਜੀ ਉਹਨਾਂ ਦੀ ਜੋ ਰਾਈਟਿੰਗ ਆ ਮੈਂ ਇਹਨਾਂ ਕੱਲਾ ਯੰਗਰ ਬ੍ਰਦਰ ਨਹੀਂ ਮੈਂ ਇਹਨਾਂ ਦਾ ਰਾਈਟਿੰਗ ਦਾ ਫੈਨ ਵੀ ਫੈਨ ਵੀ ਸਾਰੇ ਆ ਜੀ ਇੱਥੇ ਇਹਨਾਂ ਦੀ ਰਾਈਟਿੰਗ ਦੇ ਫੈਨ ਤਾਂ ਪੂਰੀ ਦੁਨੀਆ ਚ ਇਸ ਵੇਲੇ ਪਹੁੰਚ ਰਹੇ ਨੇ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੱਥੇ ਅੱਜ ਪਹੁੰਚੇ ਔਰ ਅਸੀਂ ਇਸ ਗੀਤ ਨੂੰ ਰਿਲੀਜ਼ ਵੀ ਕਰਨਾ ਤੇ ਭਰਾ ਵੀ ਇੱਥੇ ਬੈਠੇ ਹੋਣ ਤਾਂ ਫਿਰ ਗੀਤ ਨੂੰ ਰਿਲੀਜ਼ ਕਰਨ ਦਾ ਮਜ਼ਾ ਹੀ ਕੁਛ ਹੋਰ ਆਉਂਦਾ ਹੈ। ਰਾਣਾ ਭਾਜੀ ਤੁਸੀਂ ਹੁਣ ਗੁਰਪੁਰਬ ਆ ਰਿਹਾ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਹੋਣ ਦਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਅਗਲੇ ਕੋਈ ਧਾਰਮਿਕ ਗੀਤ ਵੀ ਲੈ ਕੇ ਸਾਡੇ ਦਰਸ਼ਕਾਂ ਦੀ ਕਚਹਿਰੀ ਵਿੱਚ ਆ ਰਹੇ ਹੋ ਜਿਹੜੇ ਤੁਹਾਨੂੰ ਦੇਖ ਰਹੇ ਪਿਆਰ ਕਰਨ ਵਾਲੇ ਆ ਕਿਸ ਤਰ੍ਹਾਂ ਦਾ ਲਿਖਿਆ ਤੁਸੀਂ ਉਹ ਗੀਤ ਜਿਹੜਾ ਗੀਤ ਹੈ ਜਿਹੜੇ ਹੈਗੇ ਆ ਆਪਣੇ ਥੋੜੇ ਹਫ਼ਤੇ ਤੱਕ ਗੁਰਪੁਰਬ ਆ ਰਿਹਾ ਜੀ ਜਗ ਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਹਾਂਜੀ ਤੇ ਫਿਰ ਕਿਉਂਕਿ ਜਿਹੜੇ ਲੋਕੀ ਕਲਾਕਾਰੀ ਦੇ ਨਾਲ ਜੁੜੇ ਹੋਏ ਆ ਜੀ ਉਹ ਦੋ ਤਿੰਨ ਮਹੀਨੇ ਪਹਿਲਾਂ ਹੀ ਆਪਣਾ ਪਲਾਨ ਕਰ ਦਿੰਦੇ ਆ ਜੀ 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 ਵੀ ਗਾਹਾਂ ਕੀ ਕਰਨਾ ਜੀ ਫਿਰ ਮੈਨੂੰ ਇੱਕ ਫੋਨ ਆਇਆ ਹਜੇ ਜੀ ਆਹ ਉਹਨਾਂ ਦੇ ਵਾਪਿਸ ਮੇਰੇ ਨਾਲ ਬਲਿੰਕ ਕਰਦੇ ਗੀਤ ਤੋਂ ਬਾਅਦ ਹੀ ਪੜੀ ਆ ਜੀ ਹੋਈ ਆ ਤੇ ਮੈਨੂੰ ਫੋਨ ਕਰਕੇ ਕਹਿਣਗੇ ਵੀ ਇੱਕ ਮੇਰਾ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਵੀ ਬਾਬੇ ਨਾਨਕ ਦੇ ਬਾਰੇ ਗੀਤ ਕਰਨਾ ਜੀ ਮੈਂ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਮੇਰੇ ਨਾਲ ਮਖੌਲ ਕਰ ਰਹੇ ਆ ਜੀ ਵੀ ਇੱਥੇ ਗੀਤਕਾਰ ਬਹੁਤ ਆ ਹੈ ਨਾ ਜੀ ਮੈਂ ਤਾਂ ਹਾਲੇ ਚਲੋ ਤਾਂ ਉਹਦਾ ਨਿਮਰਤਾ ਵਿੱਚ ਤਾਂ ਕੁਛ ਵੀ ਨੀ ਉੜਾ ਉੜਾ ਹੀ ਆਉਂਦਾ ਹੈ ਨਾ ਜੀ ਜੀ ਤੇ ਕਹਿੰਦੇ ਨਹੀਂ ਮੈਂ ਗੀਤ ਲਿਖਾਉਣਾ ਤਾਂ ਤੇਤੋਂ ਲਿਖਾਉਣਾ ਜੀ ਤੇ ਮੈਂ ਕਿਹਾ ਕੋਈ ਵਾਅਦਾ ਨੀ ਹੈ ਦਤਾਰ ਪਾਤਸ਼ਾਹ ਦੀ ਕਿਰਪਾ ਹੋਈ ਤਾਂ ਮੈਂ ਲਿਖ ਦਊਂਗਾ ਜੀ ਤੁਸੀਂ ਗੀਤ ਲਿਖ ਲਿਆ ਹਾਂਜੀ ਗੀਤ ਲਿਖ ਲਿਆ ਦੋ ਦਿਨਾਂ ਚ ਜੀ ਤੇ ਫਿਰ ਹੁਣ ਗੀਤ ਉਹਨਾਂ ਨੇ ਫਿਰ ਜਿਹੜੇ ਗਾਇਕ ਆ ਉਹਨਾਂ ਨੂੰ ਦਿਖਾਇਆ ਜੀ ਉਹ ਕਹਿੰਦੇ ਵੀ ਗੀਤ ਕਰਨ ਵਾਲਾ ਪ੍ਰੋਗਰਾਮ ਵਿੱਚ ਕੁਛ ਲਿਖਿਆ ਤੁਸੀਂ ਖਾਸ ਪ੍ਰੋਗਰਾਮ ਦੇ ਬਾਰੇ ਏਦਾਂ ਕਿ ਮੇਰੇ ਕੋਲ ਅਲਫਾਜ਼ ਨਹੀਂ ਹਨ ਬਾਤ ਕਰਨ ਨੂੰ ਹੈਨਾ ਤੇ ਉਹ ਜਿਹੜੀ ਗੱਲ ਮੈਂ ਕਹਿਣੀ ਆ ਉਹ ਮੈਂ ਆਪਣੇ ਰਵਾਈਆਂ ਵਿੱਚ ਕਿਹਾ ਇਰਸ਼ਾਦ ਚ ਪਹਿਲਾਂ ਤਾਂ ਮੈਂ ਤੁਹਾਨੂੰ ਧੰਨਵਾਦ ਦੇ ਤੌਰ ਤੇ ਮੁਖਾਤਬ ਕਰ ਰਿਹਾ ਲਾਈਨਾਂ ਜੀ ਇਰਸ਼ਾਦ ਹੋ ਰਿਹਾ ਵਾਂ ਕਿ ਐ ਮਿੱਤਰਾ ਅੱਜ ਤੇਰੀ ਮਹਿਫਲ ਵਿੱਚ ਆ ਕੇ ਮੈਂ ਤਾਂ ਹੋ ਗਿਆ ਬਾਗੋ ਬਾਗ
महफिल करे। क्या बात है मित्रा, अज तेरी महफिल विच आके मैं ता हो गया बागो बाग हां, लिखा कला कला ही अखर जापे जो गा रहा होवा कोई मलाक ही ता राग। क्या बात, खुशियां दा राग। क्या बात, हां जी। लिखा कला कला ही अखर जापे, लिखा कला कला ही अखर जापे जो गा रहा होवा कोई मलाक ही ता राग। यारा साला इना महफिलां दी मेजबानी करदे हैं तू एदा ही ता फबदा रहे। क्या बात, यारा शाला इना महफिलां दी मेजबानी करदिया तू एदा ही ता फबदा रहे। कविता खातर जदों भी ये कल चाहे मैं ता उदो ही पैंदा जाग हां, मैं ता उदो ही पैंदा जाग। क्या बात है, बहुत बढ़िया जी। बाकी जिहड़ा रवैया दे बादशाह तुहानू खिताब दिता है वह कोई एवं नहीं दिता, बाकी तुसीं बहुत वधिया लिखते हो। रणजीत भाजी असी, हाँ जी, एक मैं जी बहुत ही मेरे लिए बहुत जरूरी है लाइन पढ़नी जी। शाह जी, आज ये जी भूमिका ये विच ही आ जी, और शायद ये करके ही मैनू ये शौक इना, ये क्योंकि ये ओदी बुनियाद है जी, जेड़ा मेरे जिथे तक मैं आया है ना, थोड़ी आप दी थी कह लो जी। किणका मात्र मैनू गुरु गुरु दे प्यारियां दी चरण धूड़ दी ही रही कलाश। किणका मात्र मैनू गुरु दे प्यारियां दी चरण धूड़ दी ही रही तलाश है, एक कदे ना कदे ता मिल ही जावेगी, ए रिहा मैनू पूर्ण ही विश्वास है। क्या वाह वाह, एक कदे ना कदे ता मिल ही जावेगी, ए रिहा मैनू पूर्ण ही विश्वास है। खोरे किन्ने कु चिरां दी तांग दिल दी लै अंगड़ाई ते अंगड़ाई ले। खोरे किन्ने कु चिरां दी तांग दिल दी लै अंगड़ाई ते अंगड़ाई रही है, उंज कदे बहुते पदार्थां दी प्राप्ति दी ना कोई भी दिल दी ख्वाहिश है। क्या बात है, वाकई बहुत वधिया राणा बाजी थोड़ा जिहड़ी लिखिया तुसीं बहुत वधिया सीगे। ते आपां गल करदे आ राणा बाजी हुण रोजी बाबा जी होणां नाल। रोजी जी, तुहाडे कई गीत जिहड़े बहुत हिट होए ने साडे नाल, ते ओह उहनां गीतां विचों तुहाडा एक जिहड़ा गीत सी पग सरदारां दे जिहड़े सीगे, ओह गीत वी तुहाडा बहुत मकबूल होया और जिस करके तुहाडी पहचान वी बणी उस गीत नूं लै के। मैं चाहवांगा सारे दर्शकों नूं गीत जरूर सुनाया जाए। ओ बोल चाल तो हो बंदे सच पछाणे जांदे ने, पहला बोलण बोल सियाणे जाणे जांदे ने, पहला बोलण बोल सियाणे जाणे जांदे ने। सदा प्यारी हुंदी, सदा प्यारी हुंदी है इज्जत इज्जत दारा दी। क्या बात, ओ बाग ताज दे सजदी वही सर ते पग सरदारा दी। ताज दे सजदी वही सर ते ओ पग सरदारा दी। ओ पोदलां दा सखविंदर लिखदा विरसे दे दावे, मां बोली पंजाबी तो बई जाइए बलहार है, मां बोली पंजाबी तो जाइए बलहार है। वो बोदलां दा सिखविंदर, बोदलां दा सिखविंदर लिखदा विरसे दे दावे, मां बोली पंजाबी तो जाइए बई वारे वार है। इको होवे प्यार दे विच है लाई नहीं जांदी, हो वांग ताज दे सजदी वे सर ते पग सरदारां दी। वांग ताज दे सजदी वे सर ते ओ पग सरदारां दी। क्या बात है, वाकई बहुत वधिया तुसीं इह गल कही कि वी पग ਉਹ ਸਜਦੀ ਸਰਦਾਰਾਂ ਦੀ, ਕਿਉਂਕਿ ਪੱਗ ਇੱਕ ਐਸੀ ਹੈ ਕਿ ਜਦੋਂ ਪੱਗ ਬੰਨ ਲੈਂਦਾ ਨਾ ਤਾਂ ਫਿਰ ਬੰਦੇ ਦੇ ਮੂੰਹ ਚੋਂ ਮੱਲੋਮਲ ਨਿਕਲਦਾ ਸਰਦਾਰ ਜੀ, ਕਿਉਂਕਿ ਅਸੀਂ ਐਸਾ ਜਿਹੜਾ ਇਕੱਲਾ ਸਰਦਾਰ ਨਹੀਂ ਕਹਿੰਦਾ ਬੰਦਾ ਕੋਈ ਵੀ, ਉਹ ਹਮੇਸ਼ਾ ਜੇ ਬੁਲਾਊਗਾ ਤੁਹਾਨੂੰ ਪੱਗ ਬੰਨੀ ਹੋਊਗੀ ਤਾਂ ਸਰਦਾਰ ਜੀ ਜ਼ਰੂਰ ਆਉਂਦਾ ਨਾਲ, ਔਰ ਇਹੀ ਸਾਡੀ ਪਹਿਚਾਣ ਹੈ ਕਿ ਅਸੀਂ ਬਾਦਸ਼ਾਹ ਮੰਗਰ ਜੀ ਨੇ, ਕਿਉਂਕਿ ਅਸੀਂ ਸਿਰ ਤੇ ਦਸਤਾਰ ਸਜਾਉਂਦੇ ਹਾਂ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦਿੱਤੀ ਸੀਗੀ। ਰੋਜ਼ੀ ਜੀ, ਤੁਹਾਡੇ ਹੋਰ ਜਿਹੜੇ ਗੀਤ ਆ ਕਈ ਆ ਰਹੇ ਆ, ਔਰ ਤੁਸੀਂ ਹੁਣ ਹੁਣੀ ਹੁਣੀ ਜਿਹੜਾ ਗੀਤ ਕੀਤਾ ਰਣਜੀਤ ਭਾਜੀ ਹੋਣਾ ਦਾ ਵੀ,
नदान। इस तो पहला कि मैं थोड़ा उस गाने बारे जिक्र करा, मैं चाहवागा कि तुसी सानू ये दसो भी रणजीत राणा भाजी होना दे जो तुसी गीत नू तुसी अरुण लिया गीत नू चुनिया उस वेले तुहानू किदां दा महसूस होया सीगा कि नदान गीत तुसी चुनिया ते तुसी कहा भी हाँ मैं इस गीत नू गाऊंगी। अज्ज सर जदों इन्हां ने मैनूं गीत सेंड कीता जी चले जाते वेरवा लिखा कि मेरे दिल जी नूं लग्या कि हां जी इहदे विच बड़े सोहणे अल्फाज लिखे उन्हां दे कवि ने जिहदे नाल दर्शको क्योंकि अज मौका है तुम सुन का कहें कलाकार पैसे देकर सुनी पर अभी अब फ्री च सुन रहे हैं भी खुशमती गल गल है जी। उस तो पहला भी मैं तुम एक गीत सुना दा हीर वाला तो सबजेस्ट हो सकता है जी। तो काफी पुराना सॉन्ग सी मैं बड़ी छोटी सी जो मैं वो गीत गा के आई हूँ मेरे वर्ल्ड भी कुछ कुछ याद नहीं माइंड नहीं फिर मैं इस करके अपने वीर वाला गीत सुना दी है जरा कि मेरा रेडियो स्टेशन के उपर काफी मकबूल रहा एक वीर हुंदा जिन्ना दा केड़ा सी गीत हो एक वीर हुंदा जिन्ना दा हुंदे सारी वीर उम्र दे माते क्या बात आ जाओ फिर आ जाओ एक वीर हुंदा जिन्ना दा हुंदे सारी वे उम्र दे माते घर वीर दा भी सुना सुना जापे वीर हुंदा जिन्ना दा हुंदे सारी वे उमर दे मापे लग वीर सुखी वीर दे दुख दसाया ते नाले रोई जावा हो लग गल सुखी वीर दे दुख दसाया ते नाले रोई जावा ले जी तू स्नेहा भैण दा वीर होण गे मिलणी गे आपे हो ले जी तू स्नेहा भैण दा वीर होण गे मिलने गए आपे हो इक वीर हुंदा जिन्ना दा हो इक वीर हुंदा जिन्ना दा हुंदे सारी वे उमर दे मापे हो इक वीर हुंदा जिन्ना दा हुंदे सारी वे उमर दे मापे क्या बात है वाकई इक वीर हुंदा जिन्ना दा हुंदे सारी ही उमर दे मापे बड़ा भावुक जिहा गीत सी इह और गल ही है भी चाहे भरा एक होवे चाहे हुण चार लेकिन जे प्यार दे नाल भैणां दे सिर ते हथ रखदे ना फिर वो मापे मापिआं दी जिहड़ी कमी है वह पूरी कर दिंदे आ। रोजी जी हुण गल करदे आपां नदान गीत दी। नदान गीत असीं चाहवांगे कि तुसीं उस गीत नूं पहलां लाइव इस वेले साडे नाल गाओ ते उस तों बाद असीं इस गीत नूं असीं रिलीज़ करांगे इत्थे अपने दर्शकों मोहे पर मैं चाहवागा कि तुसी इस गीत एक बार पहला लाइव गा के सानू सुना दो ताकि असि इस गीत की रिकॉर्ड चुकाई अज कर लीए। लाडा चोरा सजना वे लाडा चोरा सजना वे आ तू हो नदान गयो
ला डाडा चोरा सजना वे आ तू होन दाई गयो हो असी धरती उत्ते कखा वांगू धरती उत्ते कखा वांगू आ तू हो समाणी गयो हो ला डाडा चोरा सजना वे आ तू होन दाई गयो हो ला डाडा चोरा सजना वे आ तू हो न दाई गयो हो क्या बात है, वाह जी वाह, वाकई बहुत वधिया गीत सी। सो तुसी इस गीत नू गा लिया है, लेकिन ऑफिशियल तौर पे गीत 10 तारीख नू प्यार दर्शको रिलीज हो जाना है वर्ल्ड वाइड भी, लेकिन आज असी उस गीत नू थोड़े रूबरू जिन्होंने गाया उन्होंने भी कीता ते उन्होंने आवाज ने भी कीता और जिन्होंने लिखिया वो भी थोड़े रूबरू है। सो आओ आप अज मिल के इस गीत नू हुण रिलीज कर लिए ते उस तो बाद भी गल्लां बातां साडियां चलदियां रहणियां ते आप होर भी गीत सुनने हैं। सो राणा भाजी एक बार फिर मैं चाहवांगा कि तुसी थोड़े नाल थोड़े जिंदर जी भी आए हैं उन्होंने भी गुजारिश करूंगा कि इतने आ जाए साडे नाल एक बार उस गीत नू असीं रिलीज कर लिए, बैठे बैठे कर लेने क्योंकि खड़े होवांगे तो फिर आप सैट तो बहर हो जाना है। तुसी भाई नाल बैठा। हेलो जी, हेलो प्यारे दर्शको, थोड़े सामने इस गीत का जो पोस्टर है वह भी असी रिलीज करता है, तुसी देख सकते हो सारे जाने कि तिने भरा इस वेले इस गीत भी साढ़े नाल रिलीज कर रहे हैं ते इह तुहाडे सामने इस गीत नूं अज असी रिलीज करता है। सो एक बार राणा भाजी तुहानूं सारयां नूं पूरी टीम नूं इस गीत दीआं बहुत बहुत वधाइयां क्योंकि तुसी इत्थे हो ते रोजी बाबा जी भी साढ़े नाल जुड़े हुए जिन्होंने इस गीत नूं गाया है ते तुसी मैं मतलब इस टीम खासकर असीं दिलों धन्नवाद दिंदे हां कि इन्ना वधिया गीत तुसीं फिर साढ़े दर्शकां दी कचहरी विच लैके आए हो और रोजी बाबा जी तुहानूं भी बहुत बहुत मुबारकां कि तुसीं बहुत दिल नाल इस गीत नूं गाया। वाकई जदों इस गीत दा म्यूजिक आएगा जदों लोकी सुणनगे इस गीत नूं म्यूजिक नाल फिर पता लगेगा कि दिल दीआं किन्नियां गहराइयां च तुसीं इस गीत नूं गाया, बा कमाल तुसीं इस गीत नूं गाया दी है। राणा भाजी तुसीं की कहना चाहोगे अज इस गीत दी जिहड़ी घुण चुकाई एक वारी फिर हो चुकी है? पहला तां मैं बीबा जी का रोगी बाबा जी का बहुत धन्यवादी हाँ जी और मैनू ये कोई भी यकीन नहीं आया जी उन्होंने मेरा गीत गाया, कोई अचंभे वाली बात है। वाकई एक ऐसी जिन्हों आप कही एक मिठी आवाज की मलका जे जिदा हुण जप कर लिए सरजीत बिदरखी उन्होंने जिन्होंने आशीर्वाद दिता ते उहदी आवाज दा वाकई बा कमाल सी। कई बारी ना जो मेरे गीत हुण लोगों के मकबूल होया जी कई बारी मैं घरों बाहर निकल के ਉੱਪਰ ਨੂੰ ਦੇਖਦਾ ਹੁੰਦਾ ਹਾਂ ਜੀ ਤਾਰਿਆਂ ਵੱਲ ਨੂੰ ਤੇ ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਜਾਂਦਾ ਵੀ ਦਰਬਾਰ ਪਾਤਸ਼ਾਹ ਨੂੰ ਕਿੰਨਾ ਦਿਆਂਤਾ ਕਦੇ ਮੇਰੇ ਖਾਬ ਵਿੱਚ ਵੀ ਨਹੀਂ ਆਇਆ ਹੋਣਾ ਕਿ ਇੱਕ ਦਿਨ ਦਰਬਾਰ ਪਾਤਸ਼ਾਹ ਇੰਨੀ ਸ਼ੁਰੂ ਦਊਗਾ ਇੰਨਾ ਨਾਮ ਦਊਗਾ ਇੱਕਦਮ ਜਿੱਦਾਂ ਕੋਈ ਹਾਲੇ ਤੱਕ ਵੀ ਮੈਨੂੰ ਯਕੀਨ ਨਹੀਂ ਆ ਰਿਹਾ। ਰਾਣਾ ਭਾਜੀ ਮੈਂ ਹੁਣੀ ਪਹਿਲਾਂ ਮੈਂ ਸ਼ੇਰ ਵੀ ਸੁਣਾਇਆ ਸੀ ਗੁਣਾਂ ਦੇ ਅੱਗੇ ਰੂਪ ਹੈ ਫਿੱਕਾ, ਗੁਣਾਂ ਦੇ ਅੱਗੇ ਰੂਪ ਹੈ ਫਿੱਕਾ ਕਿਸੇ ਸਿਆਣੇ ਦਾ ਇੱਕ ਹੱਥ ਹੈ ਸੋਹਣੀ ਸੂਰਤ ਕੁਦਰਤ ਦੇਵੇ ਸੋਹਣੀ ਸੀਰਤ ਬੰਦੇ ਦੇ ਹੱਥ ਹੈ। ਸੋ ਤੁਸੀਂ ਸੋਹਣੀ ਸੀਰਤ ਦੇ ਮਾਲਕ ਹੋ, ਤੁਹਾਡੇ ਹੱਥ ਹੈ ਸਾਰਾ ਕੁਛ ਔਰ ਤੁਸੀਂ ਇੰਨਾ ਵਧੀਆ ਲਿਖ ਰਹੇ ਹੋ ਇਹ ਬਿਲਕੁਲ ਤੁਹਾਡੇ ਦਿਲ ਧੁਕਦਾ ਹੈਗਾ ਕਿ ਤੁਸੀਂ ਇੰਨਾ ਵਧੀਆ ਵਧੀਆ ਲਿਖ ਕੇ ਤੁਹਾਡੀ ਜਿਹੜੀ ਸੀਰਤ ਹੈ ਇੰਨੀ ਸੋਹਣੀ ਕਿ ਜਿਹੜੀ ਕਾਮਯਾਬੀ ਤੁਹਾਡੇ ਕਦਮ ਆਪ ਹੀ ਚੁੰਮੇਗੀ। ਰਣਜੀਤ ਭਾਜੀ ਤੁਸੀਂ ਅਗਲੇ ਮਹੀਨੇ ਤੁਸੀਂ ਗੀਤ ਲੈ ਕੇ ਆ ਰਹੇ ਹੋ ਜੇ ਆਪਾਂ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਆਗਮਨ ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਤੁਸੀਂ ਉਸ ਗੀਤ ਨੂੰ ਮੈਨੂੰ ਪਤਾ ਵੀ ਆਪਾਂ ਹਾਲੇ ਉਹਨੂੰ ਨਹੀਂ ਕਰ ਸਕਦੇ ਪਰ ਹੋਰ ਕੁਛ ਲਿਖਿਆ
ਪਾਤਸ਼ਾਹ ਜੀ ਬਾਰੇ? ਮੈਂ ਧੰਨ ਧੰਨ ਜਗ ਗੁਰੂ ਗੁਰੂ ਬਾਬਾ ਨਾਨਕ ਜੀ ਦੇ ਉਹਨਾਂ ਦੇ ਆਗਮਨ ਪੁਰਬ ਨੂੰ, ਉਹਨਾਂ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਉਹਨਾਂ ਦੀ ਹੀ ਕਿਰਪਾ ਦੁਆਰਾ ਜੀ ਮੈਂ ਤਿੰਨ ਗੀਤ ਲਿਖੇ। ਕਿਆ ਬਾਤ ਜੀ! ਇੱਕ ਤਾਂ ਜਿਹੜਾ ਗਾਇਕਾਂ ਦੇ ਕੋਲ ਆ ਜੀ, ਤੇ ਦੋ ਗੀਤ ਮੇਰੇ ਕੋਲ ਆ ਜੀ, ਤੇ ਉਹਨਾਂ ਦੇ ਵਿੱਚੋਂ ਮੈਂ ਇੱਕ ਗੀਤ ਜੀ ਪੇਸ਼ ਕਰਨ ਦੀ ਅੱਗੇ ਲੈ ਰਿਹਾ। ਉਹ ਗੀਤ ਇਹ ਹਾਂ ਜੀ, ਇਹ ਵੀ ਮੈਂ ਪਹਿਲੀ ਵਾਰ ਹੀ ਪੜ੍ਹ ਰਿਹਾ ਜੀ। ਕਿਆ ਬਾਤ! ਲੋ ਜੀ, ਦੋ ਗੀਤਾਂ ਦੇ ਇੱਥੇ ਇਸ ਵੇਲੇ ਆਪਾਂ ਕਹਿ ਲਈਏ ਵੀ ਮਹੂਰਤ ਕਰ ਰਹੇ ਉਸ ਗੀਤਾਂ ਨੂੰ। ਉਹ ਗੀਤ ਇੱਦਾਂ ਹੈ, ਅੱਜ ਦਿਨ ਭਾਗਾਂ ਭਰੇ ਵਿੱਚ ਨਨਕਾਣੇ ਲਿਆ ਤੂੰ ਅਵਤਾਰ ਬਾਬਾ, ਅੱਜ ਦਿਨ ਭਾਗਾਂ ਭਰੇ ਵਿੱਚ ਨਨਕਾਣੇ ਲਿਆ ਤੂੰ ਅਵਤਾਰ ਬਾਬਾ, ਧਰਤੀ ਤੇ ਅੰਬਰ ਦੋਨੋਂ ਹੀ ਹੋ ਗਏ ਅੱਜ ਤਾਂ ਖੁਸ਼ਗਵਾਰ ਬਾਬਾ, ਅੱਜ ਤਾਂ ਖੁਸ਼ਗਵਾਰ ਬਾਬਾ, ਤੇਰੀ ਆਮਦ ਲੈ ਆਈ ਕੋਈ ਅਨੋਖਾ ਹੀ ਤਾਂ ਹੁਲਾਰਾ ਏ, ਤੇਰੀ ਆਮਦ ਲੈ ਆਈ ਕੋਈ ਅਨੋਖਾ ਹੀ ਤਾਂ ਹੁਲਾਰਾ ਏ, ਵਹਿਮਾਂ ਭਰਮਾਂ ਦੇ ਹਨੇਰੇ ਵਿੱਚੋਂ ਚਮਕ ਪਿਆ ਕੋਈ ਨਵਾਂ ਹੀ ਤਾਂ ਤਾਰਾ ਏ, ਕੋਈ ਨਵਾਂ ਹੀ ਤਾਂ ਤਾਰਾ ਏ, ਅੱਜ ਲੈ ਗਏ ਧਰਤੀ ਦੇ ਵੀ ਜੋ ਚੜੇ ਮਣਾ ਮੂਹੀ ਭਾਰ ਬਾਬਾ, ਅੱਜ ਲੈ ਗਏ ਧਰਤੀ ਦੇ ਵੀ ਜੋ ਚੜੇ ਮਣਾ ਮੂਹੀ ਭਾਰ ਬਾਬਾ, ਅੱਜ ਦਿਨ ਭਾਗਾਂ ਭਰੇ ਵਿੱਚ ਨਣਕਾਣੇ ਲਿਆ ਤੂੰ ਅਵਤਾਰ ਬਾਬਾ, ਧਰਤੀ ਤੇ ਅੰਬਰ ਦੋਨੋਂ ਹੀ ਹੋ ਗਏ ਅੱਜ ਤਾਂ ਖੁਸ਼ ਗਵਾਰ ਬਾਬਾ, ਅੱਜ ਤਾਂ ਖੁਸ਼ ਗਵਾਰ ਬਾਬਾ, ਪਿਤਾ ਕਾਲੂ ਨੂੰ ਦੇਣ ਵਧਾਈ ਅੱਜ ਆ ਗਏ ਕੁੱਲ ਲੁਕਾਈ ਏ, ਮਾਤਾ ਤ੍ਰਿਪਤਾ ਨੂੰ ਦੇਣ ਵਧਾਈ ਅੱਜ ਆ ਗਏ ਕੁੱਲ ਲੁਕਾਈ ਏ, ਨਾਲੇ ਕਹੇ ਅਜੇ ਭਾਗਾਂ ਭਰੀ ਕੜੀ ਨਾਲ ਕਰਮਾਂ ਦੇ ਹੀ ਆਈਏ, ਨਾਲ ਕਰਮਾਂ ਦੇ ਹੀ ਆਈਏ, ਤੇਰੇ ਨੂਰੀ ਮੁਖੜੇ ਤੋਂ ਜਾਂਦੀ ਉਹ ਤਾਂ ਵਾਰ ਵਾਰ ਵਾਰੀਏ, ਉਹ ਤੇਰੇ ਨੂਰੀ ਮੁਖੜੇ ਤੋਂ ਜਾਂਦੀ ਉਹ ਤਾਂ ਇਹ ਵਾਰੀ ਵਾਰ ਬਾਬਾ, ਤੇਰੇ ਨੂਰੀ ਮੁਖੜੇ ਤੋਂ ਜਾਂਦੀ ਉਹ ਤਾਂ ਇਹ ਵਾਰੀ ਵਾਰ ਬਾਬਾ, ਅੱਜ ਦਿਨ ਭਾਗਾਂ ਭਰੇ ਵਿੱਚ ਨਣਕਾਣੇ ਲਿਆ ਤੂੰ ਅਵਤਾਰ ਬਾਬਾ, ਧਰਤੀ ਤੇ ਅੰਬਰ ਦੋਨੋਂ ਹੀ ਹੋ ਗਏ ਅੱਜ ਤਾਂ ਖੁਸ਼ਗਵਾਰ ਬਾਬਾ, ਅੱਜ ਤਾਂ ਖੁਸ਼ਗਵਾਰ ਬਾਬਾ, ਤੱਕ ਨੂਰੀ ਮੁਖੜਾ ਵੀਰ ਨਾਨਕ ਦਾ ਭੈਣੇ ਨਾਨਕੀ ਵਾਰੀ ਵਾਰੀ ਜਾਂਦੀ ਏ, ਤੱਕ ਨੂਰੀ ਮੁਖੜਾ ਵੀਰ ਨਾਨਕ ਦਾ ਭੈਣੇ ਨਾਨਕੀ ਵਾਰੀ ਵਾਰੀ ਜਾਂਦੀ ਏ, ਹਰ ਰੂਹ ਝੂਮੇ ਵਿੱਚ ਖੁਸ਼ੀ ਦੇ ਤੇ ਵਾਰ ਆਸਾ ਦੀ ਹੀ ਗਾਂਦੀ ਏ, ਤੇ ਵਾਰ ਆਸਾ ਦੀ ਹੀ ਗਾਂਦੀ ਏ, ਮੰਜ ਧਾਰ ਵਿੱਚ ਗੋਤੇ ਖਾਂਦੀ ਦੁਨੀਆਂ ਨੂੰ ਗਿਆ ਤੂੰ ਤਾਰ ਬਾਬਾ, ਗਿਆ ਤੂੰ ਤਾਰ ਬਾਬਾ, ਅੱਜ ਦਿਨ ਭਾਗਾਂ ਭਰੇ ਵਿੱਚ ਨਣਕਾਣੇ ਲਿਆ ਤੂੰ ਅਵਤਾਰ ਬਾਬਾ, ਲਿਆ ਤੂੰ ਅਵਤਾਰ ਬਾਬਾ, ਧਰਤੀ ਤੇ ਅੰਬਰ ਦੋਨੋਂ ਹੀ ਹੋ ਗਏ ਅੱਜ ਤਾਂ ਖੁਸ਼ਗਵਾਰ ਬਾਬਾ, ਅੱਜ ਤਾਂ ਖੁਸ਼ਗਵਾਰ ਬਾਬਾ, ਇੱਕੋ ਹੀ ਤਾਂ ਕਰਤੇ ਪੁਰਖ ਦਾ ਲੈ ਤੂੰ ਪੈਗਾਮ ਆਇਆ, ਵਹਿਮਾਂ ਮਾਰੀ ਦੁਨੀਆਂ ਨੂੰ ਜਪਾਵੜੇ ਨੂੰ ਇੱਕੋ ਹੀ ਨਾਮ ਆਇਆ, ਜਪ ਜਪ ਤੁਰਕੀ ਬਾਣੀ ਤੇਰੀ ਆ ਗਏ ਅਨੋਖੇ ਹੀ ਹੁਲਾਰ ਬਾਬਾ, ਆ ਗਏ ਅਨੋਖੇ ਹੀ ਹੁਲਾਰ ਬਾਬਾ, ਅੱਜ ਦਿਨ ਭਾਗਾਂ ਭਰੇ ਵਿੱਚ ਨਣਕਾਣੇ ਲਿਆ ਤੂੰ ਅਵਤਾਰ ਬਾਬਾ, ਲਿਆ ਤੂੰ ਅਵਤਾਰ ਬਾਬਾ, ਧਰਤੀ ਤੇ ਅੰਬਰ ਦੋਨੋਂ ਹੀ ਹੋ ਗਏ ਅੱਜ ਤਾਂ ਖੁਸ਼ਗਵਾਰ ਬਾਬਾ, ਅੱਜ ਤਾਂ ਖੁਸ਼ਗਵਾਰ ਬਾਬਾ, ਆਖਰੀ ਲਾਈਨਾਂ ਜੀ। ਜੀ ਸਰ। ਹੰਬੀ ਹਾਰੀ ਧਰਤੀ ਦੇ ਚਿਹਰੇ ਤੇ ਵੀ, ਹੰਬੀ ਹਾਰੀ ਧਰਤੀ ਦੇ ਚਿਹਰੇ ਤੇ ਵੀ ਆ ਕੋਈ ਨੂਰ ਗਿਆ ਏ, ਕੁੱਪ ਕੋਰ ਹਨੇਰਾ ਵਹਿਮਾਂ ਭਰਮਾਂ ਦਾ ਵੀ ਉਹ ਦੂਰ ਗਿਆ ਏ, ਉਹ ਦੂਰ ਗਿਆ ਏ, ਕੁਰਾਹੇ ਪਈ ਦੁਨੀਆਂ ਨੂੰ ਪਾ ਰਾਹੇ ਤੈ ਕੀਤੇ ਪਰ ਉਪਕਾਰ ਬਾਬਾ, ਤੈ ਕੀਤੇ ਪਰ ਉਪਕਾਰ ਬਾਬਾ, ਅੱਜ ਦਿਨ ਭਾਗਾਂ ਭਰੇ ਵਿੱਚ ਨਣਕਾਣੇ, ਅੱਜ ਦਿਨ ਭਾਗਾਂ ਭਰੇ ਵਿੱਚ ਨਣਕਾਣੇ ਤੂੰ ਲਿਆ ਅਵਤਾਰ ਬਾਬਾ, ਅੰਬਰ ਤੇ ਧਰਤੀ ਦੋਨੋਂ ਹੀ ਹੋ ਗਏ ਅੱਜ ਤਾਂ ਖੁਸ਼ਗਵਾਰ ਬਾਬਾ, ਰਣਜੀਤ ਰਾਣਾ ਵੀ ਹੈ ਤੇਰਾ ਹੀ ਤਾਂ ਮੁਰੀਦ ਬਾਬਾ, ਰਣਜੀਤ ਰਾਣਾ ਵੀ ਹੈ ਤੇਰਾ ਹੀ ਤਾਂ ਮੁਰੀਦ ਬਾਬਾ,
तेरा ओ पल पल लुचे तेरा ही तां दीद बाबा, ओ हर पल पल लुचे तेरा ही तां दीद बाबा, ओ लिख लिख महिमा तेरी जाय तेथों बलहार बाबा, ओ लिख लिख महिमा तेरी जाय तेथों बलहार बाबा, अज दिन भागा परे विच ननकाने लिया तू अवतार बाबा, धरती ते अंबर दोनों ही हो गए अज ता खुशगवार बाबा, अज ता खुशगवार बाबा, अज ता खुशगवार बाबा। बहुत वधिया गीत यह लिखा है और तुसी जिस तरह मेरे दर्शकों सुनिया भी है कि इन्होंने गा के तरनम च इस गीत को सुनाया भी है, तो आने वाले समय च जो इन्हों का नवा गीत आएगा वह भी थोड़ी कचहरी में बहुत जल्दी आ जाना है, वह भी अपने गुरु पातशाह जी के आगमन पुरब से होएगा, सो उस गाने का भी सू इंतजार रहेगा। रोजी जी थोड़े गल करते हैं, हम हूं तक किन्ने के गीत गा चुके हो? राणा भाई का गीत तो गाया ही गाया, लेकिन इस तो पहले किन्ने गीत गा चुके हूं तक? सर मेरे इस तो पहला 20 सॉन्ग आ चुके हैं जेडे के कुछ मेनू नहीं मेरी माइंड दे विच, ते जिस तरह अपने भाई जी सतविंदर बोदला जी यूएसए तो, पग सरदारां जी अंकल जी जरनेत श्री चावल जी यूएसए तो, आई पतीला खड़के कुलदीप गिल जी कनेडा तो, हाँ अपने हरदयाल सिंह चीमा जी यूएसए तो जी, बाकी रमेश वेटिया वाले उन्होंने भी काफी गीत गाए है, बल्कि नीत माजरी जी उन्होंने भी मैं काफी गीत गा चुकी हाँ, मेरे फादर साहब जो इस टाइम इस दुनिया नहीं ने पर इस टाइम मैं उन्होंने मिस कर रही हाँ, उन्होंने गीत सिटी मार सिंजना वे भुल भी मोड़ गुलाबो करदा जी, लखविंदर सिद्धू जी गुरगल के मिठा जा दाग पा गया सज्जना का फुल कुड़ियो, सो काफी गीत जिहड़े तुहाडे वधिया वधिया गीत मकबूल होए और बाकी तुसीं हुण जिहड़ी गल कीती पग सरदारां दी मैनूं उस वेले गल चेते आ गई सीगी जो तुसीं हुण दुबारा कहा कि पग सरदारां जिहड़ा गीत सी ओह काफी थोड़ा मकबूल भी होया, इत्थे चंद लाइन दा मैं कहणियां चाहुंदा सीगा, कहिंदे चानण दा मुल रातां कालियां नूं पता है, चानण दा मुल रातां कालियां नूं पता है ते पग वालियां दा मुल भागा वालियां नूं पता है, सो पग कहिंदे हुंदे आ कि जे साडी साडी शान आ, लेकिन जिन्हां नाल जो जी सारिया धियां भैन जो पगे व्याईया वालिया ने, क्योंकि मुंडा हर कुड़ी नूं मिल जूगा लेकिन सरदार किस्मत वाली नूं मिलूगा, सो पग का यह मुल जो गीत गाया वाकई बहुत वधिया गीत सी आ, सो रोजी जी थोड़ा जो पतीला खड़के एक गीत सीगा ये भी एक सभ्याचारक गीत सी, जो आप गल कर लीए पतीला खड़के हुण इस पतीले खड़के दे कई गल्लां हो जांदियां, जे आप कही लड़ाई होंदी है तां वी कहिंदे यार घर च पतीले खड़के दे होंदे, चल कोई गल नहीं पतीला खड़के भी जो कोई खुशी की गल पतीला भी खड़का ली पा उस वे ढोल ताल मिलता नहीं हूं चिमटे ना खड़का लो, तुम इस गीत की गाया इस गीत ਜਿਹੜਾ ਕਿ ਆਪਣੀ ਵਾਈਫ ਨਾਲ ਬੜੀ ਨੋਕ ਝੋਕ ਕਰਦਾ ਰਹਿੰਦਾ ਹੈ, ਜਦੋਂ ਉਹਨੇ ਮਤਲਬ ਬਾਹਰ ਅੰਦਰ ਜਾਣਾ ਕਦੇ ਉਹਨੂੰ 20 ਰੁਪਏ ਕੱਢ ਕੇ ਦੇ ਦੇਣੇ, ਕਦੇ ਉਹਨੂੰ 10 ਦੇ ਦੇਣੇ, ਕਦੇ ਉਹਨੂੰ 5 ਦੇ ਦੇਣੇ, ਤੇ ਆਪ ਕੀ ਕਰਨਾ ਜੀ ਪਤੀਲਿਆਂ ਦੇ ਵਿੱਚ ਜਿਹਨੂੰ ਆਪਾਂ ਮੁਰਦਾ ਕਹਿੰਦੇ ਪੰਜਾਬੀ ਦੇ ਵਿੱਚ, ਖਾਣਾ ਹਾਂਜੀ ਦਾਰੂਆਂ ਪੀਣੀਆਂ ਤੇ ਉਹ ਵਿਚਾਰੀ ਪਿੱਛੇ ਪਿੱਛੇ ਉਹਦੇ ਫਿਰਦੇ ਰਹਿਣਾ, ਤੇ ਬਸ ਇਹਦੇ ਵਿੱਚ ਇਹੀ ਨੋਕ ਝੋਕ ਹੈ ਜੀ ਸਾਰੀ, ਤੇ तड़के वे आप तो खावे यारा दे नाला मुर्गे नू तड़के वे मेरे वरी आई हाय आई होय आई पतीला घर के वे मेरे वरी आई मेरी वरी आई आई पतीला घर के वे मेरे वरी आई पतीला घर के आई पतीला घर के ऐसा जी वाह क्या बात, बहुत बहुत बढ़िया गीत सगा थोड़ा ये भी नोक चुक दी आपा गल कर रहे सके, ते होर तुसी किहड़ा गीत अज साडे दर्शकां नाल सांझा करना चाहोगे जो थोड़े दिल दे बहुत नजदीक होवे, वैसे सारे गीत थोड़े नजदीक होणे दिल दे पर खास कोई कैसा गीत जो साडे दर्शकां नाल सांझा करना चाहोगे?
हाँ जी, मेरा एक जलंधर दूरदर्शन का सुपर हिट गीत रहा उस टाइम, जिस टाइम मैं 15 साल की सी, बड़ी छोटी सी, बड़ा उत्साह सीगा। तो जो गीत बड़ा मशहूर हुआ तो मेरा बड़ी उत्साह होया, सस कुत्ती दी संदूखा ओले मेरे भाड़ा ढोल वजदा। क्या बात है, साझिया करा गई क्योंकि काफी टाइम पुराना ये सॉन्ग है जी। पर देखो जो पुरानी चीजा होंगे हमेशा बढ़िया रही, तो आप चाहवे भी उस गीत नूं जरूर साझा करो क्योंकि इस तरह के गीत से जो अज भी सुने जाते। बिल्कुल बापू चुप रहा खड़ा, देदा जावे सिर चढ़ी, अके बापू ने जवाब दिते छोले वे मेरे पादा, हाय मेरे पादा वे मेरे पादा ढोल वजदा, सस कुटी दी संदूख ढोल वजदा, सस कुटी दी संदूख ओले मेरे पादा ढोल वजदा। क्या बात है, वाकई सस कुटड़ी संदूक ओले मेरे पादा ढोल वजदा जी, वाकई। और इन्नी छोटी उम्र च इस गीत नूं तां बहुत, ये बहुत असीं भी सुणिया, इस गीत नूं सुणदे हुंदे सीगे, ये काफी गीत मकबूल होया सीगा तुहाडा। सो रोजी जी, हो रणजीत बाबा जी, अपने रणजीत भाजी राणा भाजी होणां ते तुसीं गीत गा रहे हो, बहुत वधिया वधिया गीत गाने हो, तुसीं वादा कीता अगे भी गीत गाओगे, इन्हां तों सिवाय तुसीं होर किहना किहना दे नाल गीत कीते आ? ਆਪਾਂ ਜੇ ਗੱਲ ਕਰ ਲਈਏ ਹੋਰ ਜਿਹੜੇ ਸੀਗੇ ਤੁਹਾਡੇ ਨਾਲ ਦੇ ਰਾਈਟਰ, ਪਾਲੀ ਬੇਤਵਾਲੀ ਦਾ ਤੁਸੀਂ ਕੀਤਾ ਹੀ, ਉਹਦਾ ਲਿਖਿਆ ਗੀਤ ਅਣਖੀ ਜੋ ਦੇ ਜਿਹੜਾ ਸੀਗਾ ਜੀ। ਸਰ ਮੈਂ ਉਹਨਾਂ ਦੇ ਵੀ ਸੌਂਗ ਕੀਤੇ, ਆਪਣੇ ਅਮਿਤ ਮਾਜਰੀ ਜੀ ਜਿਨ੍ਹਾਂ ਦਾ ਸੌਂਗ ਬੜਾ ਮਕਬੂਲ ਹੋਇਆ ਸੀ, ਨਹਿਰੋ ਪਾਰ ਬੰਗਲਾ ਪਵਾ ਰਿਹਾ ਨੀ ਆ ਜੀ, ਮਲਕਾ ਟੁੱਟੀ ਜੀ ਦੇ ਫਾਦਰ ਸਾਹਿਬ ਨੇ ਜੀ, ਰੇਟਾ ਵਾਲੇ ਪ੍ਰਗਟ ਭਾਜੀ ਹੁਸਨ ਜਵਾਨੀ ਟਾਈਟਲ ਸੀ, ਗੇਦਰ ਸਾਹਿਬ ਨੇ ਪੇਸ਼ਕਸ਼ ਕੀਤਾ ਸੀ ਜੀ ਉਹਨਾਂ ਨੂੰ ਜੀ। ਹਾਂਜੀ, ਹੋਰ ਵੀ ਕਾਫੀ ਹੈਗੇ ਤੇ ਕਾਫੀਆਂ ਨੇ, ਮੈਂ ਤੁਹਾਨੂੰ ਜ਼ਿਕਰ ਕਰ ਚੁੱਕੀਆਂ ਜੀ। ਤੇ ਬਾਕੀ ਮੇਰੇ ਹਸਬੈਂਡ ਨਰਿੰਦਰ ਸਿੱਧੂ ਜੀ, ਜਿਨ੍ਹਾਂ ਦਾ ਮੈਨੂੰ ਜ਼ਿੰਦਗੀ ਦੇ ਵਿੱਚ, ਇਸ ਗਾਇਕੀ ਦੇ ਵਿੱਚ ਮੈਨੂੰ ਬਹੁਤ ਸਹਿਯੋਗ ਮਿਲਿਆ ਜੀ, ਤੇ ਉਹਨਾਂ ਦਾ ਸੌਂਗ ਹੈ ਬੜੀ ਗਲਤ ਤੇ ਮਿੱਠਾ ਜਿਹਾ ਦਾਗ ਪਾ ਗਿਆ ਨੀ ਸੱਜਣਾ ਦਾ ਫੁੱਲ ਕਰੀ ਹੈ ਜੀ ਜੀ ਜੀ। ਸੋ ਬੜੀ ਅੱਛੀ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਗੀਤ ਗਾਉਂਦੇ ਹੋ, ਬਹੁਤ ਵਧੀਆ ਵਧੀਆ ਗੀਤਾਂ ਨੂੰ ਤੁਸੀਂ ਚੁਣ ਕੇ ਦਰਸ਼ਕਾਂ ਦੇ ਬੋਰੇ ਲੈ ਕੇ ਆਉਂਦੇ ਹੋ। ਰੋਜ਼ੀ ਬਾਬਾ ਜੀ, ਤੁਹਾਡੇ ਨਾਲ ਗੱਲ ਕਰਦੇ ਹਾਂ ਬਾਅਦ ਚੋਂ, ਤੇ ਰਣਜੀਤ ਭਾਜੀ ਨਾਲ ਗੱਲ ਕਰ ਲਈਏ ਥੋੜ੍ਹਾ ਜਿਹਾ, ਕਿਉਂਕਿ ਸਮੇਂ ਸਾਡੇ ਕੋਲ ਬਹੁਤ ਘੱਟ ਰਹਿ ਗਿਆ ਤੇ ਹੁਣ ਗੱਲਾਂ ਕਈ ਕਈ ਕਰਨ ਵਾਲੀਆਂ, ਤੇ ਇਹ ਵੀ ਬਹੁਤ ਜ਼ਰੂਰੀ ਹੁੰਦੀਆਂ ਹੈ। ਰਣਜੀਤ ਭਾਜੀ, ਹਾਂਜੀ, ਇਹ ਜਿਹੜੇ ਕਮਰਸ਼ੀਅਲ ਗੀਤ ਤੁਸੀਂ ਹੁਣ ਕਰ ਰਹੇ ਹੋ, ਉਹਦੇ ਨਾਲ ਨਾਲ ਤੁਸੀਂ ਜਿਹੜੇ ਹੁਣ ਧਾਰਮਿਕ ਗੀਤ ਵੀ ਕੀਤਾ ਹੈਗਾ ਗੀਤ, ਕਮਰਸ਼ੀਅਲ ਦੀ ਤੁਸੀਂ ਗੱਲ ਕੀਤੀ ਤਾਂ ਮੈਨੂੰ ਯਾਦ ਆ ਗਿਆ, ਗੱਲ ਮੈਂ ਤੁਹਾਨੂੰ ਪੁੱਛਣਾ ਸਮਝਦਾ ਕਿ ਪਹਿਲਾਂ ਜਦੋਂ ਕੋਈ ਲੇਖਕ ਲਿਖਦਾ ਤਾਂ ਗੀਤਾਂ ਨੂੰ ਉਹ ਦਿੰਦਾ ਹੈ ਆਪ ਜਾ ਕੇ, ਉਹ ਗਾਇਕਾਂ ਦੇ ਪਿੱਛੇ ਦੌੜਦਾ, ਯਾਰ ਆ ਮੇਰੇ ਗੀਤ ਗਾ ਲਾ, ਮੇਰੇ ਗੀਤ ਗਾ ਲਾ। ਪਰ ਜਦੋਂ ਹੁਣ ਇੱਕ ਐਸਾ ਮੁਕਾਮ ਆ ਜਾਂਦਾ ਆ ਕਿ ਗਾਇਕ ਆਪ ਕਹਿੰਦੇ ਠੀਕ ਹੈ ਯਾਰ ਤੂੰ ਮੈਨੂੰ, ਤੁਸੀਂ ਮੈਨੂੰ ਗੀਤ ਦੋ, ਤੁਸੀਂ ਦੱਸੋ ਕੀ ਲੈਣਾ ਹੈ, ਨਾ ਇਸ ਤਰ੍ਹਾਂ ਦਾ ਕੋਈ ਸਬਬ ਹੋਇਆ ਤੁਹਾਡੇ ਨਾਲ? ਹੋ ਗਿਆ ਜੀ, ਕਿਉਂਕਿ ਜਦੋਂ ਵੀਰ ਨੇ ਮੇਰੇ ਤੋਂ ਆ ਗੀਤ ਲਿਖਵਾਇਆ ਬਾਬੇ ਨਾਲ ਪੇਪਰ ਥਾਏ, ਹਾਂਜੀ ਜੀ, ਤੇ ਕਾਫੀ ਗੱਲਾਂ ਹੋਈਆਂ ਹੈ ਜੀ, ਤੇ ਉਹ ਕਰਦੇ ਆਮ ਤੌਰ ਤੇ ਗੀਤ ਚਾਰ ਅੰਤਰਿਆਂ ਦਾ ਹੁੰਦਾ ਜੀ, ਕਈ ਤਿੰਨਾਂ ਦਾ ਵੀ ਗਾਉਂਦੇ, ਕਈ ਚਾਰ ਦਾ ਵੀ ਜੀ, ਤੇ ਓਦਾਂ ਜਿਹੜੇ ਨਵੇਂ ਗਾਇਕ ਆ ਉਹ ਤਾਂ ਰੂਲ ਰੈਗੂਲੇਸ਼ਨ ਤੋਂ ਬਾਹਰ ਚਲੇ ਗਏ ਹਨ ਜੀ ਜੀ ਜੀ, ਤੇ ਹੁਣ ਤੇ ਉਹ ਬਾਬੇ ਦੀ ਕਿਰਪਾ ਦੁਆਰਾ ਜੀ ਉਹ ਗੀਤ ਦੇ 15 ਅੰਤਰੇ ਲਿਖੀ ਹੈ ਜੀ, ਹਾਂਜੀ, ਤੇ ਮੈਂ ਉਹਨਾਂ ਨੂੰ ਦਿਖਾਏ ਤੇ ਕਹਿੰਦੇ ਹੋਰ ਲਿਖ ਦਿਓ ਹੋਰ ਲਿਖ ਦਿਓ, ਉਹ ਕਰਦੇ ਕਰਾਉਂਦੇ ਨੂੰ 15 ਅੰਤਰੇ ਹੋ ਗਏ ਜੀ। ਫਿਰ ਉਹਨਾਂ ਨੇ ਮੈਨੂੰ ਕਹਿੰਦੇ ਮੈਨੂੰ ਆਪਣੇ ਜਿਹੜੇ 4-5 ਅੰਦਰ ਮੈਨੂੰ ਹੈਗੇ ਵਧੀਆ ਲੱਗੇ ਉਹ ਮੈਂ ਪਿਕ ਕਰ ਲਊਗਾ, ਮੈਂ ਕਿਹਾ ਲਓ ਕਰ ਲਓ, ਬਾਕੀ ਦੇ ਵੀ ਦੇ ਦੇ, ਮੈਂ ਕਿਹਾ ਨਹੀਂ ਇਹ ਕੰਮ ਨਹੀਂ, ਮੈਂ ਕਿਹਾ ਉਹ ਜਿੰਨੀ ਜਿੰਨਾ ਆਪਣਾ ਵਾਅਦਾ ਓਨਾ ਹੀ ਰਹੂਗਾ ਹੈ ਨਾ, ਤੇ ਗੱਲਬਾਤ ਕਰਕੇ ਤਾਂ ਫੋਨ ਬਾਬਾ ਹੋ ਗਏ। ਫਿਰ ਮੈਨੂੰ ਦੁਬਾਰਾ ਫੋਨ ਆਇਆ ਤੇ ਮੈਨੂੰ ਕਹਿਣ ਕਿ ਰਾਣਾ ਭਾਜੀ ਮੈਂ ਉਹ ਗੱਲ ਪੁੱਛੀ ਨੀ, ਮਿਹਨਤ ਕਿੰਨੀ ਹੋਊਗੀ, ਉੱਥੇ ਹੀ ਗੱਲ ਆ ਗਈ ਨਾ ਮੁੜ ਕੇ, ਹਾਂਜੀ, ਤੇ ਮੈਂ ਕਿਹਾ ਭਾਈ ਮਿਹਨਤ ਤਾਂ ਬਹੁਤ ਹੁੰਦੀ ਹੈ, ਹਾਂਜੀ, ਹੁਣ ਆਹ ਪ੍ਰੋਗਰਾਮ ਕਰਨ ਨੂੰ ਮੈਨੂੰ ਹਫ਼ਤਾ ਹੋ ਗਿਆ, ਮੈਨੂੰ ਨੀਂਦ ਨੀ ਆਈ ਪ੍ਰੋਗਰਾਮ, ਹਾਂਜੀ, ਕਿਉਂਕਿ ਇਹਨਾਂ ਦੇ ਨਾਲ ਵੀ ਗੱਲ ਕਰਨੀ, ਇਹ ਨੀ ਪਤਾ ਲੱਗਦਾ ਵੀ ਜਿਹੜਾ ਬੰਦੇ ਦਾ ਪੈਗਾਮ ਆ ਉੱਪੜ ਗਿਆ ਕਿ ਰਾਹ 'ਚ ਹੀ ਰਹਿ ਗਿਆ, ਹਾਂਜੀ, ਤੇ ਫਿਰ ਉਦੋਂ ਬਾਅਦ ਮੈਂ ਉਹਨਾਂ ਨੂੰ ਬਹੁਤ ਹੀ ਨਿਮਰਤਾ ਨਾਲ ਕਿਹਾ ਵੀ ਦੇਖੋ ਇਹ ਆਪਾਂ ਜਿਹੜੇ ਬਾਬੇ ਨਾਨਕ ਦਾ ਇਹਨੂੰ ਜਿੰਨੀਆਂ ਕਲਮਾਂ ਦਿੱਤੀਆਂ ਸ਼ਬਦਾਵਲੀ ਦਿੱਤੀ ਆ, ਮੈਂ ਉਹਨਾਂ ਦੇ ਨਾਂ ਤੇ ਗੀਤ ਲਿਖਿਆ ਵੀ ਇਹ ਨਿਸ਼ਕਾਮ ਦੇ ਤੌਰ ਤੇ ਆ, ਜੇ ਗਾਹਾਂ ਤੋਂ ਕੋਈ ਗਿੱਧੇ ਭੋੜੇ ਦਾ ਗੀਤ ਆਊਗਾ
फिर मैं मेहनत जरूर लाऊंगा जी, क्योंकि बहुत ही अपने है बहुत ही तनदेही का काम है, तनदेही के नाल। और तो मैं कई बार गल करता हूं कि मैं तो गीतकारी करता करता फकीर ही हो गया, ये गल है क्योंकि। और मैं हम जो ये जो पंथ है ये लंघिया, मैं ये वाकई मेरे भरावान भी गल का पता है कि वह बंदे की जोड़ी मेहनत है वो जायज आ, बहुत जरूरी होंगी है राणा भाजी, क्योंकि कोई भी आप काम करते हैं चौकड़ा आदि है, लेकिन उसको आप पार करके और मेहनत करके अस अगे जाने। अज भी जो असि थोड़े रूबरू होए हैं इतने बैठे हैं तो ये साड़ी मेहनत का ही सदका, थोड़ी मेहनत सदका कि तुम पूरी दुनिया च अपने आवाज अपनी लिखत को पहुंचा रहे हो। जसिंदर भाजी तुम कुछ कहना चाहोगे आखिरी एक अद्धे मिनट च, क्योंकि टाइम थोड़ा ही रह गया है। हां जी वेरी क्विक, मैं तो यही गल कहूंगा भाजी के आप गल्लां करदे आ सक्सेस दियां, अचीवमेंट्स दियां, अकॉम्प्लिशमेंट्स दियां, पर ये सब कुछ भाजी ओवरनाइट नहीं मिल सकता। वाकई इहदे पिछे कई सालां दी मेहनत आ जी, तो हुण मैनूं बहुत खुशी हो रही है कि मैं कंसीडर करदा कि भाजी हुण इस वेले अकॉम्प्लिश्ड राइटर। क्या बात, थैंक यू, इस सारा मेहनत दा फल। वाकई वाकई रोजी जी भी गल कर लें हम, क्योंकि साढ़े को टाइम बहुत घट रह गया। सो तुम जो कुछ कहना चाहोगे साढ़े दर्शकों, तो एक अद्धी जो कोई लाइन सुना चाहते हैं तो जरूर साढ़े दर्शकों नाल सांझी कर लो। हाँ जी सर, मैं सब तो पहला तो एक सुनेहा देना चाहनी है जी, जिहड़े भी नशे है हाथ जोड़ के ही बेनती है, जिहड़े अजकल जनरेशन देख रहे हैं आप चढ़ती जवानी पंजाब की, जिहड़ी नशा वाल वध रही है, ते मेरा ही स्नेहा जी हाथ जोड़ के भी इस पंजाब नू नष्ट ना करो, इन्हां नशा तो दूर रहो। धन्यवाद करते हैं कि तुसी इस वेले इन्नी रात हो चुकी इंडिया तक 12 दा टाइम हो चुकिया और साडे नाल तुसी जुड़े हुए हो। असीं इही तां अरदास करांगे रब अगे कि तुसी इस तरह ही बुलंदियां नूं छूंदे रहो और वधिया वधिया गीत गाते रहो और साडे नाल इत्थे प्रोग्राम ते आंदे रहो, ते कदी तुहानूं सबब मिलिया इत्थे आण दा साडे कोल तां तुहानूं असीं टीवी ते वी इत्थे सामणे दर्शकां नूं लिया के रूबरू जरूर करावांगे। इक वारी फिर बहुत बहुत धन्यवाद तुहाडा रोजी जी। रोजी भाजी ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮੇਂ ਕੱਢ ਕੇ ਸਾਡੇ ਵਿੱਚ ਅੱਜ ਪਹੁੰਚੇ ਔਰ ਬੜੇ ਮਾਣ ਦੀ ਗੱਲ ਹੈ ਕਿ ਇਸ ਪ੍ਰੋਗਰਾਮ ਵਿੱਚ ਤੁਹਾਡੇ ਜਿੰਨੇ ਵੀ ਗੀਤ ਹੈ ਤਕਰੀਬਨ ਰਿਲੀਜ਼ ਹੁੰਦੇ ਆ, ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਉਹਨਾਂ ਗੀਤਾਂ ਨੂੰ ਇੱਥੇ ਦਰਸ਼ਕਾਂ ਮੁਹਰੇ ਰਿਲੀਜ਼ ਕਰੀਦਾ ਹੈ ਔਰ ਉਹ ਕਾਫੀ ਮਕਬੂਲ ਵੀ ਹੁੰਦੇ ਆ। ਸੋ ਰੱਬ ਦੀ ਬਹੁਤ ਕਿਰਪਾ ਹੈ ਬਾਬੇ ਨਾਨਕ ਜੀ ਦੀ ਕਿ ਤੁਹਾਡੇ ਤੇ ਵੀ ਔਰ ਸਾਡੇ ਤੇ ਵੀ ਕਿ ਅੱਜ ਉਹਨਾਂ ਨੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈਗਾ। ਮੈਂ ਅੱਗੇ ਲੈਣ ਤੋਂ ਪਹਿਲਾਂ ਮੈਂ ਆਪਣੇ ਦੋਨਾਂ ਹੀ ਵੀਰਾਂ ਦਾ, ਜਿੰਦਰ ਦਾ ਤੇ ਜਸਵਿੰਦਰ ਦਾ, ਇਹਨਾਂ ਦੋਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਦੇ ਹਾਂ ਜਿਹੜਾ ਕਿ ਇਹਨਾਂ ਨੇ ਮੇਰਾ ਕਹਿਣਾ ਨਾ ਮੋੜਦਾ ਮੇਰੇ ਨਾਲ ਆਇਆ ਤੇ ਇੱਥੇ ਆ ਕੇ ਖੁਸ਼ੀਆਂ ਵਿੱਚ ਵਾਧਾ ਕਰਦੇ ਆ, ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਦ ਲਾਇਆ। ਮੈਂ ਵੀ ਧੰਨਵਾਦ ਦੇ ਹਾਂ ਆਪਣੇ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹਨ, ਮੈਂ ਉਹਨਾਂ ਦਾ ਵੀ ਧੰਨਵਾਦ। ਸੋ ਰਾਣਾ ਭਾਜੀ ਜਿਸ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਦੀ ਰੀਤ ਹੈ ਕਿ ਆਉਣ ਵਾਲੇ ਮਹਿਮਾਨ ਨੂੰ ਅਸੀਂ ਜਿਹੜੇ ਸਾਡੇ ਆਉਂਦੇ ਉਹਨਾਂ ਨੂੰ ਜ਼ਰੂਰ ਇੱਕ ਮਾਣ ਪੱਤਰ ਦੇਈਦਾ। ਸੋ ਇੱਕ ਛੋਟਾ ਜਿਹਾ ਮਾਣ ਪੱਤਰ ਜਿਹੜਾ ਸਾਡੇ ਵੱਲੋਂ ਤੁਹਾਨੂੰ ਤੁਹਾਡੇ ਨਾਦਾਨ ਗੀਤ ਨੂੰ ਮੁਖਾਤਿਬ ਹੁੰਦੇ ਹੋਏ ਤੁਹਾਨੂੰ ਬੇਸ਼ਕੀਮਤੀ ਹੈ ਇੰਨੇ ਪਿਆਰ ਦੇ ਲਈ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਪਿਆਰ ਦਰਸ਼ਕੋ, ਇਹ ਸੀ ਸਾਡੇ ਰਣਜੀਤ ਰਾਣਾ ਜੀ, ਜੋ ਅਸਲੀ ਰਾਣਾ ਜੀ ਸਮੈਥਿਕ ਵਾਲੇ, ਜਿਹਨਾਂ ਦੀ ਗੱਲ ਕਰਦੇ ਨੇ। ਇਹਨਾਂ ਨੂੰ ਇਸ ਨਾਂ ਤੋਂ ਹੀ ਜਾਣਿਆ ਜਾਂਦਾ ਹੈ ਜਿਹਨਾਂ ਦਾ ਗੀਤ ਨਦਾਨ ਅੱਜ ਤੁਹਾਡੀ ਕਚਹਿਰੀ ਵਿੱਚ ਪਹੁੰਚ ਚੁੱਕਿਆ ਹੈ, 3 ਤਰੀਕ ਨੂੰ ਵਰਲਡ ਵਾਈਡ ਰਿਲੀਜ਼ ਹੋ ਰਿਹਾ ਹੈ। ਉਮੀਦ ਕਰਦੇ ਹਾਂ ਤੁਸੀਂ ਜਿਸ ਤਰ੍ਹਾਂ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਇਸ ਗੀਤ ਨੂੰ ਵੀ ਇਸ ਤਰ੍ਹਾਂ ਹੀ ਪਿਆਰ ਦਿਓਗੇ। ਤੇ ਹੁਣ ਵਿਹਲਾ ਹੋ ਗਿਆ ਤੁਹਾਤੋਂ ਇਜਾਜ਼ਤ ਲੈਣ ਦਾ, ਲੇਕਿਨ ਫਿਰ ਉਸ ਵਾਅਦੇ ਨਾਲ ਕਿ ਅਗਲੇ ਹਫ਼ਤੇ ਮਿਲੂੰਗਾ ਕਿਸੇ ਹੋਰ ਅਜ਼ੀਮ ਸ਼ਖਸੀਅਤ ਨਾਲ। ਤਦ ਤੱਕ ਲਈ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਆਪਣੀ ਦੁਆਵਾਂ ਚ ਸਾਨੂੰ ਯਾਦ ਰੱਖਣਾ। ਰੱਬ ਰਾਖਾ।